ਅੰਮ੍ਰਿਤਸਰ ਸਾਹਿਬ ਦੀ ਪਰਕਰਮਿਆਂ ਦੀ ਜੋ ਫਰਸ਼ ਹੈ ਇੱਕ ਇੱਕ ਸਿਰ ਦੇ ਥੱਲੇ ਖਾਲਸਾ ਜੀ 100-100 ਸ਼ਹੀਦ ਸਿੰਘ ਦਾ ਸਿਰ ਲੱਗਾ ਇੱਕ ਇੱਕ ਸਿਰ ਦੇ ਥੱਲੇ ਇੱਕ ਇੱਕ ਇੱਟ ਦੇ ਥੱਲੇ ਇੰਨਾ ਭਾਰੀ ਖੂਨ ਡੁੱਲਿਆ ਇਸ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਅਖਬਾਰਾਂ ਵਾਲੇ ਪ੍ਰੇਮੀ ਆਉਂਦੇ ਆ ਸੰਤ ਜੀ ਤੁਸੀਂ ਖਾਲਸਾ ਚਾਹੁੰਦੇ ਹੋ ਮੈਂ ਭਾਈ ਨਾ ਅਸੀਂ ਵਿਰੋਧ ਤਾਂ ਕਰਦੇ ਹਾਂ ਅਤੇ ਨਾ ਜੇ ਹਮਾਇਤ ਕਰਦੇ ਚੁੱਪ ਹੈ ਹਾਂ ਇੱਕ ਗੱਲ ਨਿਸ਼ਚੇ ਵਾਚਕ ਹੈ ਜੇ ਐਰਕੀ ਹਿੰਦੁਸਤਾਨ ਦੀ ਰਾਣੀ ਨੇ ਦੇ ਦਿੱਤਾ ਤਾਂ ਲੈ ਜ਼ਰੂਰ ਲਵਾਂਗੇ ਛੱਡਦੇ ਨਹੀਂ 1947 ਵਾਲੀ ਗਲਤੀ ਨਹੀਂ ਕਰਦੇ ਪਰ ਮੰਗਦੇ ਆ ਜੇ ਨਹੀਂ ਇਹ ਤਾਂ ਕੰਮ ਇੰਦਰਾ ਗਾਂਧੀ ਦਾ ਮੇਰਾ ਨਹੀਂ ਅਤੇ ਨਾ ਲੌਂਗੋਵਾਲ ਦਾ ਨਾ ਕਿਸੇ ਹੋਰ ਸਾਡੇ ਲੀਡਰ ਦਾ ਇਹ ਕੰਮ ਆ ਇੰਦਰਾ ਦਾ ਸਾਨੂੰ ਇੰਦਰਾ ਦੱਸੇ ਹਿੰਦੁਸਤਾਨ ਵਿੱਚ ਨਾਲ ਰੱਖਣਾ ਜਾਂ ਨਹੀਂ ਰੱਖਣਾ ਮਾਸਟਰ ਤਾਰਾ ਸਿੰਘ ਦਾ ਜਨਮਦਿਨ ਸੀ ਪੰਡਿਤ ਜਵਾਹਰ ਲਾਲ ਨਹਿਰੂ ਜਨਮਦਿਨ ਦਾ ਤੋਹਫ਼ਾ ਲੈ ਕੇ ਉਹਨਾਂ ਦੇ ਘਰ ਦਿੱਲੀ ਆਏ ਮਾਸਟਰ ਤਾਰਾ ਸਿੰਘ ਬੋਲੇ ਕਿ ਜੇ ਤੋਹਫ਼ਾ ਹੀ ਦੇਣਾ ਹੈ ਤਾਂ ਸਾਡੇ ਨਾਲ 1947 ਨੂੰ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕਰ ਦਿਓ ਪੰਜਾਬ ਦਾ ਆਗੂ ਹੋਣ ਨਾਤੇ ਮੈਂ ਨਹੀਂ ਚਾਹੁੰਦਾ ਕਿ ਪੰਜਾਬੀ ਸੂਬੇ ਨੂੰ ਲੱਗੇ ਕਿ ਸਾਡੇ ਨਾਲ ਧੋਖਾ ਹੋਇਆ ਹੈ 1947 ਜੋ ਵਾਅਦੇ ਵਫਾ ਨਾ ਹੋਏ 1984 ਦੀ ਧੁੱਕ ਦੀ ਜ਼ਮੀਨ ਦਾ ਕਾਰਨ ਬਣੇ ਕੀ ਇਸ ਧੁੱਕ ਦੀ ਜ਼ਮੀਨ ਨੂੰ ਸਿਆਸਤ ਦੇ ਗਲਿਆਰਿਆਂ ਨੇ ਕਦੀ ਗੰਭੀਰਤਾ ਨਾਲ ਨਹੀਂ ਸਮਝਿਆ ਇੱਕ ਨਜ਼ਰੀਆ ਹੈ ਕਿ ਜਦੋਂ ਤੱਕ ਤੁਸੀਂ ਨਹੀਂ ਬਦਲੋਗੇ ਉਦੋਂ ਤੱਕ ਕੁਝ ਨਹੀਂ ਬਦਲੇਗਾ ਇੱਕ ਨਜ਼ਰੀਆ ਹੈ ਕਿ ਜੇ ਤੁਸੀਂ ਬਦਲ ਗਏ ਹੋ ਤਾਂ ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਵੀ ਬਦਲੀਏ ਵੰਨ ਸੁਵੰਨਤਾ ਅਤੇ ਖਾਸ ਧਰਤ ਦੀ ਲੋਕਾਈ ਦਾ ਖਿਆਲ ਕੀ ਨਹੀਂ ਰੱਖਿਆ ਗਿਆ ਜਿਨ੍ਹਾਂ ਨੇ ਸੰਤਾਪ ਹੰਡਾਇਆ ਉਹਨਾਂ ਦਾ ਸਵਾਲ ਹੈ ਕਿ ਕੀ ਦਿੱਲੀ ਹੀ ਸਿਰਫ ਭਾਰਤ ਹੈ ਹਜ਼ਾਰੋ ਖੁਆਇਸ਼ੇ ਐਸੀ ਫਿਲਮ ਦੀ ਪਾਤਰ ਗੀਤਾ ਨੂੰ ਨਾਇਕ ਚਿੱਠੀ ਲਿਖਦਾ ਹੈ ਕਿ ਜਿੱਥੇ ਮੈਂ ਬੈਠਾ ਹਾਂ ਇਹ ਦਿੱਲੀ ਤੋਂ 5000 ਕਿਲੋਮੀਟਰ ਦੂਰ ਨਹੀਂ ਹੈ ਇਹਦਾ ਮਤਲਬ ਹੈ ਕਿ ਇਹ ਦਿੱਲੀ ਤੋਂ 5000 ਸਾਲ ਦੂਰ ਹੈ ਦਿਲ ਨੂੰ ਅੱਜ ਠੋਕਰ ਗਈ ਬਲਦੀਆਂ ਲਾਟਾਂ ਉੱਠਣ ਚਰਨ ਲਾਟਾਂ ਮੰਦਰ ਨੂੰ ਵੇਖ ਦਿਲਾਂ ਵਿੱਚ ਛੇਕ ਅਣਖੀਆਂ ਦੇ ਗੁੱਸੇ ਨਾਲ ਪੈ ਗਿਆ ਤਖ ਤਖਤ ਕਾਲ ਦੀਆਂ ਕੰਧਾਂ ਸਭ ਛਣੀਆਂ ਬਾਰੀਆਂ ਬਣੀਆਂ ਉੱਠਣ ਚਰਨ ਲਾਟੇ ਜਿਗਰ ਪਏ ਪਾਟੇ ਸ਼ਹੀਦ ਸਿੰਘ ਹੋਏ ਤਖਤ ਵੀ ਢਹਿ ਗਿਆ 1984 ਨੇ ਪੰਜਾਬ 'ਚ ਜੋ ਬਦਲਿਆ ਉਹਦਾ ਅਸਰ ਇੱਕ ਦਹਾਕੇ ਤੱਕ ਕਤਲੋ ਗਾਰਤ ਭਰਿਆ ਰਿਹਾ ਕਿੰਨੇ ਹੀ ਫਰਜ਼ੀ ਮੁੱਠਭੇੜ ਗੈਰ ਸੰਵਿਧਾਨਿਕ ਵਤੀਰਾ ਅਤੇ ਅਣਪਛਾਤੀਆਂ ਲਾਸ਼ਾਂ ਦੀ ਲੰਮੀ ਸੂਚੀ ਹੈ ਉਸ ਦੌਰ ਨੂੰ ਸਮਝਣ ਵਾਲੇ ਇਸ ਨੂੰ ਸਟੇਟ ਟੈਰਰ ਕਹਿੰਦੇ ਹਨ ਬਾਬਾ ਗੁਰਬਚਨ ਸਿੰਘ ਮਾਨੋਚਾਲ ਦਾ ਮੁਕਾਬਲਾ ਪਿੰਡ ਰਟੌਲ ਕਸੂਰ ਨਾਲੇ ਦੇ ਕੰਢੇ 57 ਘੰਟੇ ਚੱਲਿਆ ਇਸ ਮੁਕਾਬਲੇ ਤੋਂ ਬਾਅਦ ਪੰਜਾਬ DGP KPS ਗਿੱਲ ਨੇ ਕਿਹਾ ਸੀ ਨਾਓ ਆਈ ਕੈਨ ਸੇ ਦੈਟ ਵੀ ਹੈਵ ਡਿਸਮਿਟਡ ਮਿਲੀਟੈਂਸੀ ਇਨ ਪੰਜਾਬ 28 ਫਰਵਰੀ 1993 ਨੂੰ ਇਹ ਸ਼ਹੀਦ ਹੋਏ ਆ ਉਹਦੇ ਤੋਂ ਬਾਅਦ ਜਿਹੜਾ ਖਾੜਕੂਆਂ ਦਾ ਬਿਲਕੁਲ ਸਫਾਇਆ ਉਦੋਂ KPS ਗਿੱਲ ਨੇ ਐਲਾਨ ਕਰਤਾ ਵੀ ਅੱਜ ਬੋਰਡ ਪੁੱਟ ਕੱਤਿਆ ਸੀ ਖਾੜਕੂਵਾਦ ਦਾ 9 ਸਤੰਬਰ 1992 ਨੂੰ ਬਾਬਾ ਮਾਨੋਚਾਲ ਦੇ ਨਿੱਕੇ ਭਰਾ ਨਿਰਵੈਲ ਸਿੰਘ ਨੂੰ ਪੁਲਿਸ ਨੇ ਮੁਕਾਬਲੇ 'ਚ ਮਾਰ ਦਿੱਤਾ ਬਾਬਾ ਮਾਨੋਚਾਲ ਦੇ ਨਿੱਕੇ ਭਰਾ ਨਰਿੰਦਰ ਸਿੰਘ ਮੁਤਾਬਕ ਇਹਦੇ ਨਾਲ ਹੀ ਤਤਕਾਲੀ SSP ਅਜੀਤ ਸਿੰਘ ਸੰਧੂ SHO ਇੰਦਰਜੀਤ ਸਿੰਘ ਅਤੇ ਦਿਆ ਸਿੰਘ ਇੰਸਪੈਕਟਰ ਸਰਹਾਲੀ ਨੇ ਨਸ਼ਹਿਰਾ ਪਨੂਆ ਵਿਖੇ ਉਹਨਾਂ ਦੇ ਘਰ 'ਤੇ ਕਬਜ਼ਾ ਕਰਕੇ ਚੌਂਕੀ 'ਚ ਤਬਦੀਲ ਕਰ ਦਿੱਤਾ ਇਹ ਅਸੀਂ 90 ਦੇ ਵਿੱਚ ਜਗ੍ਹਾ ਖਰੀਦੀ ਹੈ 1990 ਦੇ ਵਿੱਚ ਜਗ੍ਹਾ ਖਰੀਦਣ ਤੋਂ ਬਾਅਦ ਮੁੜ ਕੇ ਨੀਹਾਂ ਭਰ ਕੇ ਅਤੇ ਭਰਤੀ ਪਾਈ ਆ ਆਸਤੇ ਆਸਤੇ ਕੰਮ ਚੱਲਦਾ ਰਿਹਾ ਅਤੇ ਮੈਨੂੰ ਮਤਲਬ ਅੰਦਾਜ਼ਾ ਵੀ 92 ਦੇ ਵਿੱਚ ਹੀ ਇੱਥੇ ਰਿਹਾਇਸ਼ ਲਿਆਂਦੀ ਆ ਅਤੇ 9-9-92 ਨੂੰ ਜਿਹੜਾ ਇੱਕ ਮਹੀਨਾ ਪਹਿਲਾਂ ਬਾਬੇ ਗੁਰਬਚਨ ਸਿੰਘ ਤੋਂ ਛੋਟਾ ਬ੍ਰਦਰ ਸੀ ਸਾਡਾ ਭਾਈ ਨਰਵੈਲ ਸਿੰਘ ਜੀ ਉਹਨਾਂ ਨੂੰ ਇੱਕ ਮਹੀਨਾ ਪਹਿਲਾਂ ਪੁਲਿਸ ਵੱਲੋਂ ਚੁੱਕਿਆ ਗਿਆ ਸੀ ਉਹਨਾਂ ਨੂੰ ਪੁਲਿਸ ਨੇ ਤਸ਼ੱਦਦ ਕਰਕੇ ਮਹੀਨਾ ਇੱਕ ਅਤੇ ਖਾਰੇ ਵਾਲੇ ਪੁਲ 'ਤੇ ਉਹਨਾਂ ਦਾ ਮੁਕਾਬਲਾ ਬਣਾਇਆ ਗਿਆ ਵਾ
ਤੇ ਉਦਣ ਹੀ ਰਾਤ ਆਣ ਕੇ ਤੇ ਕਿਉਂਕਿ ਬਾਕੀ ਵੀ ਪਰਿਵਾਰ ਨੂੰ ਪੁਲਿਸ ਨੇ ਚੁੱਕਣਾ ਸ਼ੁਰੂ ਕਰ ਦਿੱਤਾ ਸੀ, ਅਸੀਂ ਵੀ ਘਰੋਂ ਪਾਸੇ ਸੀ, ਜਨਾਨੀਆਂ ਨੂੰ ਵੀ ਚੁੱਕਦੇ, ਜਨਾਨੀਆਂ ਵੀ ਘਰੋਂ ਪਾਸੇ ਹੋ ਗਈਆਂ ਉਦਣ ਫਿਰ, ਅਤੇ ਜਦੋਂ ਇਹਨਾਂ ਨੇ ਮੁਕਾਬਲਾ ਬਣਾਤਾ ਉਦਣ ਆਣ ਕੇ ਤੇ ਰਾਤ ਕਬਜ਼ਾ ਕਰ ਲਿਆ। ਇਹ ਕਿੱਥੇ ਲਿਖਿਆ ਕਿ ਘਰ ਖੋਹ ਲਿਆ ਜਾਵੇ? 1992 ਦਾ ਕਬਜ਼ਾ ਸਟੇਟ ਪੁਲਿਸ 2021 ਵਿੱਚ ਛੱਡਦੀ ਹੈ। ਮਾਨੋ ਚਾਲ ਪਰਿਵਾਰ ਨੂੰ ਆਪਣਾ ਹੀ ਘਰ ਲੈਣ ਲਈ 29 ਸਾਲ ਉਡੀਕ ਕਰਨੀ ਪਈ। ਉਦੋਂ ਆਧਾਰ 'ਤੇ ਉਹ ਬਾਬੇ ਮਾਨੋ ਚਾਲ ਦਾ ਕਰਕੇ ਵੀ ਇਹ ਭਗੌੜਾ ਤੋਂ ਉਹਨਾਂ ਦੇ ਘਰਾਂ ਦੇ ਕਬਜ਼ੇ, ਆਮ ਖਾੜਕੂਆਂ ਦੇ ਘਰਾਂ 'ਤੇ ਪੁਲਿਸ ਨੇ ਕਬਜ਼ੇ ਕਰਕੇ ਅਤੇ ਥਾਣੇ ਬਣਾਏ ਸੀ। ਉਹ ਨਹੀਂ, ਉਹ ਤੋਂ ਇਕੱਠੇ ਪਾਏ ਸੀ ਚੌਵਾਂ ਭਰਾਵਾਂ ਵਾਸਤੇ, ਸਾਡੇ ਦੋ ਦੋ ਕਮਰੇ ਅਤੇ ਨਾਲ ਬਰਾਂਡਾ ਗਾੜੀ ਪਾਇਆ ਸੀ, ਦੋ ਦੋ ਕਮਰੇ ਆ, 8 ਕਮਰੇ ਆ ਮਗਰ ਸਾਰੇ ਪਏ, ਅਤੇ ਨਾਲ ਗਾੜੀ ਬਰਾਂਡਾ ਪਾਇਆ ਗਿਆ ਸੀ ਸਾਰਾ, ਵੀ ਵੰਡ ਵਾਸਤੇ ਵੀ ਦੋਨੋਂ ਭਰਾ ਦੋ ਦੋ ਕਮਰੇ ਇੱਕ ਭਰਾ ਨੂੰ ਆ ਜਾਣ। ਹਨ ਚਬਾਰਾ ਵੀ ਇਹ ਪਹਿਲਾਂ ਦਾ ਉਦੋਂ ਹੀ ਪਾਇਆ ਜਦੋਂ ਇੱਥੇ ਆਏ, ਉਦੋਂ ਕੁਛ ਬੰਦੇ ਆਏ ਸੀ, ਉਹਨਾਂ ਨੇ ਸਾਡੇ ਘਰ 'ਤੇ ਫਾਇਰਿੰਗ ਫੁਰਿੰਗ ਕਰਤੀ ਸੀ, ਅਤੇ ਉਹਦਾ ਕਰਕੇ ਸਾਨੂੰ ਪਾਉਣਾ ਪਿਆ ਵੀ ਰਾਖੀ ਵਾਸਤੇ। ਹਾਲ ਪਾ ਰਿਹਾ, ਹਾਲ ਪਾ ਰਿਹਾ, ਦੁਸ਼ਮਣਾਂ ਤੋਂ ਵੱਧ ਸਾਨੂੰ ਦੋਸਤਾਂ ਨੇ ਮਾਰਿਆ। ਘਰ ਸਿਰਫ ਇੱਟਾਂ ਸੀਮਿੰਟ ਦਾ ਖੜਿਆ ਢਾਂਚਾ ਥੋੜ੍ਹੀ ਹੁੰਦਾ, ਇਹ ਰਿਸ਼ਤਿਆਂ ਦੇ ਚਹਿਕਣ ਲਈ ਵਿਹੜਾ ਹੁੰਦਾ। ਸਵੇਰੇ ਮਾਵਾਂ ਦੇ ਹੱਥਾਂ 'ਚ ਰਿੜਕਦੀਆਂ ਮਧਾਣੀਆਂ 'ਚੋਂ ਰਿਜਕਦੀ ਆਉਂਦੀ ਖੁਸ਼ਬੂ, ਸਿਖਰ ਦੁਪਹਿਰ ਨੂੰ ਨਿੰਮ ਦੇ ਥੱਲੇ ਡਾਹੀ ਮੰਜੇ 'ਤੇ ਆਉਣ ਵਾਲੇ ਕੱਲ੍ਹ ਲਈ ਵਿਉਂਤ ਬੁਣਦੀਆਂ ਅੱਖਾਂ ਦੀ ਬੁਣਤੀ, ਰਾਤ ਨੂੰ ਤਾਰਿਆਂ ਦੀ ਲੋਏ ਨਿੰਮੇ ਚੰਨ ਦੀਆਂ ਰੌਸ਼ਨੀਆਂ 'ਚ ਸਾਖੀਆਂ ਕਹਾਣੀਆਂ ਸੁਣਦੇ ਬਜ਼ੁਰਗਾਂ ਦੀ ਸੰਗਤ, ਕਾਲੇ ਬੂਟਾਂ ਦੀ ਗਸ਼ਤ ਥੱਲੇ ਇਹ ਮੁਹੱਬਤਾਂ ਦਾ ਵਿਹੜਾ ਹੀ ਮਧੋਲਿਆ ਗਿਆ। ਨਾ ਜਾਣੇ ਕਿੰਨੇ ਹੀ ਘਰ ਇੰਜ ਹੀ ਮਧੋਲ ਦਿੱਤੇ ਗਏ। ਅਜਿਹਾ ਹੀ ਘਰ ਸੀ ਮਾਨੋ ਚਾਲ ਨਿਵਾਸ। ਇਹਨਾਂ ਝਾਲਰਾਂ ਦਾ ਰਿਵਾਜ਼ ਸੀ ਉਦੋਂ ਜਦੋਂ ਬਣਿਆ ਵਾ, ਹੁਣ ਤਾਂ ਨਵੇਂ ਕੋਈ ਵੱਖੋ ਵੱਖ ਰਿਵਾਜ਼ ਤੁਰ ਪਏਗਾ, ਉਦੋਂ ਇਹੋ ਜ਼ਿਆਦਾ ਪਹਿਲੇ ਹੁੰਦੇ ਸੀ। ਪਹਿਲਾਂ ਅਸੀਂ ਇਹਨਾਂ 'ਤੇ ਬਾਲਿਆਂ ਦੀ ਛੱਤ ਦਾ ਵੀ ਬਾਲੇ ਬੁੱਲੇ ਵੀ ਚਰਾ ਕੇ ਰੱਖੇ ਸੀ, ਫਿਰ ਮੁੜ ਕੇ ਜ਼ਿਆਦਿਆਂ ਨੇ ਸਾਨੂੰ ਆਖਿਆ ਨਹੀਂ ਹੁਣ ਲੈਂਟਰ ਪਾਓ, ਬਾਲੇ ਫਿਰ ਖਰਾਬ ਹੋ ਜਾਂਦੇ ਆ, ਉਹਦਾ ਕਰਕੇ ਦੋਵੇਂ ਸਾਈਡਾਂ ਬਰਾਂਡੇ ਦਾ ਲੈਂਟਰ ਵਾਧਾ ਪਾਇਆ, ਕਮਰਿਆਂ ਦਾ ਪਹਿਲਾਂ ਪਾਇਆ ਗਿਆ। SSP ਜੀਸੋ ਨੇ ਨਾ ਪੰਚਾਇਤ ਨੂੰ ਡਰਾ ਧਮਕਾ ਕੇ ਅਤੇ ਇੱਕ ਰੈਗੂਲੇਸ਼ਨ ਕਰਵਾਇਆ ਸੀ, ਪੰਚਾਇਤ ਤੋਂ ਰੈਗੂਲੇਸ਼ਨ ਜ਼ਬਰਦਸਤੀ ਕਰਵਾਇਆ ਸੀਗਾ ਵੀ ਜੇ ਤੈਨੂੰ ਨਹੀਂ ਸਰਪੰਚ ਹੋਵੇ ਤੂੰ ਨਹੀਂ ਕਰੇਗਾ, ਅਤੇ ਅਸੀਂ ਤੈਨੂੰ ਜਿੱਦਾਂ ਬਾਪੂ ਮਾਨੋ ਚਾਲ ਨੂੰ ਮਾਰਿਆ ਇੱਦਾਂ ਤੈਨੂੰ ਮਾਰ ਦੇਣਾ, ਉਹਨੇ ਡਰਦੇ ਨੇ ਰੈਗੂਲੇਸ਼ਨ ਕੀਤਾ। ਜੋ ਸਟੇਟ ਲਈ ਦੁਸ਼ਮਣ ਸੀ ਉਹ ਮਾਝੇ ਦੇ ਇਲਾਕੇ ਦਾ ਨਾਇਕ ਹੈ। ਬਾਬਾ ਮਾਨੋ ਚਾਲ ਦੀਆਂ ਕਹਾਣੀਆਂ ਹਨ, ਜਿਹੜੇ ਵੀ ਪਿੰਡ ਜਾਵੋ ਲੋਕ ਉਹਨਾਂ ਬਾਰੇ ਦੱਸਦੇ ਹਨ, ਉਹਨਾਂ ਦੀਆਂ ਕਵੀਸ਼ਰੀਆਂ ਲੋਕ ਸੁਭਾਕੀ ਗਾਉਂਦੇ ਹਨ। ਬਣੇ ਨਿਸ਼ਾਨਾ ਡਿੱਗੇ ਹੋ ਪੁਰਜ ਛੱਡੇ ਨੀ ਗੁਰਜ ਹੌਸਲੇ ਉੱਚੇ ਅਗਣ ਵਿੱਚ ਸੜਦੇ ਹੱਕ ਧਰਮ ਦੇ ਬਦਲੇ ਜੀ ਸੂਰਮੇ ਜਵਾਨ ਬਲੀ ਬਲਵਾਨ ਵੈਰੀ ਨੂੰ ਫੜ ਝੰਮਦੇ ਗੋਲੀਆਂ ਨਾਲ ਬੰਬ ਦੇ ਮਾਰਦੇ ਬੜਕਾ ਖਾੜ ਕੂ ਲੜਦੇ। ਆਖਰ ਸਟੇਟ ਦੀ ਨਜ਼ਰ 'ਚ ਦੋਸ਼ੀ ਬੰਦਾ ਉਸ ਇਲਾਕੇ ਦਾ ਇੱਜ਼ਤਦਾਰ ਸਿਰਨਾਵਾਂ ਕਿਵੇਂ ਹੈ? ਮਸਲਾ ਹੈ ਨਜ਼ਰੀਏ ਦਾ, ਕੋਈ ਹਥਿਆਰ ਆਖਰ ਚੁੱਕੇਗਾ ਕਿਉਂ? ਇਹ ਸਵਾਲ ਦਾ ਚਿੰਤਨ ਕਰਨਾ ਜ਼ਰੂਰੀ ਹੈ। ਪੰਥ ਨੂੰ ਇਹੋ ਹੀ ਉਹ ਤਾਂ ਜਿੱਥੇ ਜਾਂਦੇ ਸੀ ਕਦੇ ਕਹਿੰਦੇ ਵੀ ਗੁਰਬਾਣੀ ਪੜ੍ਹੋ, ਅਤੇ ਗੁਰਬਾਣੀ ਦੇ ਵਿੱਚ ਹੀ ਸਭ ਕੁਝ ਆਪਾਂ ਨੂੰ ਜਿਹੜਾ ਇਹਨਾਂ ਨੇ ਗੁਰਬਾਣੀ ਦੇ ਵਿੱਚੋਂ ਸਭ ਕੁਝ ਮਿਲਣਾ ਜੀ ਉਹਨਾਂ ਦਾ, ਅਤੇ ਸਿੱਖੀ ਰੱਖੋ, ਜਿੱਥੇ ਕੋਈ ਕੇਸ ਮਤਲਬ ਕਿਸੇ ਦੇ ਨਹੀਂ ਸੀ ਉਹਨਾਂ ਨੂੰ ਕਹਿਣਾ ਵੀ ਤੁਸੀਂ ਸਿੱਖੀ ਸਰੂਪ 'ਚ ਆਓ, ਗੁਰਬਾਣੀ ਪੜ੍ਹੋ, ਅਤੇ ਫਿਰ ਹੀ ਪ੍ਰਾਪਤੀ ਹੋਣੀ ਹੈ ਜੀ। ਮਤਲਬ ਉਹਨਾਂ ਦੀ ਕਿਸੇ ਧਰਮ ਦੇ ਫਿਰਕੇ ਦੇ ਵਿਰੁੱਧ ਕੋਈ ਲੜਾਈ ਨਹੀਂ ਸੀ। ਆਹੀ ਜੋ ਕੁ ਅੱਖੀ ਵੇਖਿਆ ਇੱਥੇ ਨਸ਼ਹਿਰੇ ਪਰਿਵਾਰ ਦੇ ਵਿੱਚ ਬਹੁਤ ਹਿੰਦੂ ਰਹਿੰਦੇ, ਜਿਹੜੇ ਅੱਜ ਵੀ ਉਹ ਮਤਲਬ ਪਰਿਵਾਰਾਂ ਤੌਰ 'ਤੇ ਵਰਤ ਰਹੇ ਆ, ਮਾਨੋ ਚਾਲ ਪਰਿਵਾਰ ਨਾਲ ਵੀ ਸਾਡੇ ਨਾਲ ਵੀ, ਅਤੇ ਬਾਬਾ ਜੀ ਹੋਣਾਂ ਨੇ ਕੋਈ ਵੀ ਹਿੰਦੂ ਕਿਸੇ ਨੂੰ ਇੱਥੇ ਕੋਈ ਮਾੜਾ ਨਹੀਂ ਕਿਹਾ, ਨਾ ਕੋਈ ਉਹਨਾਂ ਨੇ ਇੱਥੇ ਕੋਈ ਮਾੜੀ ਵਾਰਦਾਤ ਕੀਤੀ ਜੀ। ਵੇਖੋ ਜੀ, ਜਿਹੜਾ ਉਹਨਾਂ ਦਾ ਰਹਿਣ ਸਹਿਣ ਸੀ ਨਾ ਬੜਾ ਸੂਝਵਾਨੀ ਵਾਲਾ ਹੈ, ਕਿਉਂਕਿ ਆਮ ਖਾੜਕ ਵਾਂਗ ਹੋਰ ਹੀ ਨਹੀਂ ਰਹਿੰਦੇ, ਦਿਨੇ ਕਦੀ ਬਾਹਰ ਨਹੀਂ ਨਿਕਲੇ। ਇੱਕ ਵਾਰ 1987 ਦੀ ਗੱਲ, ਮੇਰੇ ਕੋਲ ਜੀਟਰ ਟਰੈਕਟਰ ਹੁੰਦਾ ਸੀ, 2 ਸਿਲੰਡਰ, ਉਹਨਾਂ ਸਮਿਆਂ 'ਚ ਤਾਂ ਉਹ ਮੇਰੇ ਘਰ ਆ ਗਏ, ਨਾਲ ਸੀ ਉਹ ਬੂਟਾ ਸਿੰਘ ਡੁੱਗਰੀ,
वो आप पिछे खलो गया क्योंकि मेरे मामे का पुत सी, उन्हें सोचा मेरी भूआ लड़ूगी भी ये किधर आ गया नाल। तो इतने घर आ गए तो मैं पुछन लगे भी ते इतने मैं कोई जानता तो नहीं है। मैं गाड़ी हस पाया, मैं जिन्हें भी वो ड्रेन से पहू चार रहे ना डंगर एक एक बच्चा तक जानता। मैं उस वे दस दे भी बाबा हैं गया आता है। मैं क्या भी उत्थे तुम कचहरी लाने अमृतसर दरबार साहब, तो ये सारे कार सेवा से जाते हैं बच्चे, तो इन्हों सियाण जाते हैं मैंने तेरा भला जे ऐदों का मैं नहीं गा बहर निकलूँगा। हिसाब ला लो भी वह 87 तो लैके मुड़ के 99 दे विच एक बार मैं इन्हें क्या भी मैं चाटी विंडो आ के लै जे, उदो सैकल होंगे मैं सैकल पर गया तो अं दमे सैकल पर चढ़े आइए तो हस पे मैं आते भी जिदन का तू मैं कहा ना कि तेन बचा बचा जानता अज 2-2.5 साल बाद मैं सैकल पर दे मगर बैठा नहीं तो वह कभी भी रात को बहर नहीं निकले, दिन बहर नहीं निकले, रात ही बस जो सफ़र करना तो बाकी रहना भी ज़्यादातर उन्होंने ही तुम पता भी जिते बैंकर बनाया हों जिस घर से उत्ते ठहरते दूजे थां ठहरते नहीं। एह जे परिवार है जिन्हों के करीब महीनिया बधी रह गए बाबा मानो जाल पर किसी को पता नहीं, उन्होंने घर चुक पुलिस भी नहीं जा सकी, मतलब एडे उन्हों का तरीके का रहन सहन से। उदो जो ये हुए शहीद मैं उदन अपने नानके हाँ जो मैं खबर सुनी हाँ 7 बजे खबर दे माता जी मेरे नाल ही जो खबर सुनी तो एक जिमें थलो जमीन हिलती इस तरह मतलब होया जी। तो साढ़े पिंड जोड़ा ही इतने एक जालम पुलिस वाला लगा ही पिंड वाले बेचारे अंदरों अंदर वड़े ही तो सारे ने इस चीज़ का बहुत दुख मनाया जी। मतलब बाबा जी हुण ये लहर चली तो नहीं तो अब जिते गुरद्वारा कबीरा बाबा धरना सिंह जी बनाया इतने मस्या लगी होनी उन्होंने वचन ही यही सुने मानते जरा गुरद्वारा बना रहे हैं इतने चत्तो पैर मस्या लगी रहा करूगी इन्नी संगत होया करूगी पर परमेश्वर जो भाऊदा जी मतलब होना ही वो है जी। उन्होंने चंगे अज जे ढाडी मिलखा सिंह मौजी अर्गे उन्होंने तो मतलब विद्या लैके पाठी बने मतलब होर भी कई शरीर जोड़े मतलब हाँ जी वो जिते बोलते वो कहें भी उन्होंने तो ही साढ़े वो मतलब उस्ताद ही उन्होंने तो लिखे ही सब कुछ अज जे एक इतने थान पर पहुँचे थे बाबा जी उन्होंने देने से कबड्डी बड़े खेलते होंगे ही पेंडू मेलों के स्कूल कैप्टन से पढ़ाई भी चंगी है बाकी खेतीबाड़ी के पूरा हाथ बनाते हैं बाबा मानोचाल दे परिवार अते उस नाल संबंधित बंदियां दीयां कहानियां बेअंत तशद्दद नाल भरियां हन। बाबा गुरबचन सिंह मानोचाल दे माता पिता अजे तक लापता हन। इस बारे किसी रिकॉर्ड विच कोई जवाब नहीं है। दुनिया तो रुखसत हो के बंदा लापता रवे इस तो वड्डी बेरहमी की होवेगी। इस तो अलावा बाबा मानोचाल दे ताए दा एक पुत, चाचे दे दो पुत, भूआ दा एक पुत, दो सके भरा भी मुकाबले विच मारे गए। बलविंदर सिंह तो उन्होंने भराता ही मतलब चाचे दे पुत जिहड़े इलैक्शन लड़े ही मतलब नशहरा पनवा तो वो बई भुई रहिंदे उन्होंने चुक के पुलिस ने काउंटर करता है। जो बाबे माणोचाल दे नाल बड़ा लम्मा समा साडा सफर रहा सालां बधी बहुत जिम्मेवारी वाला उन्हां दा संघर्ष 86 तों लैके 93 एंड तक साडा उन्हां रिलेशन रहे है। अखीरले दिनां जदों मैं 93 जेल च सी जो उन्होंने एंड होया उदों पहले मैं 92 जेल च आ चुका सी एंड दे समय दे 86 तो उन्होंने जो अकाल तख्त दी जथेदार जिम्मेवारी उन्होंने मिली उदों तो लैके ही असी उन्होंने नाल बड़ा सारा लम्मा समा संघर्ष च बड़ी नेड़े रहे। बाबा गुरबचन सिंह माणोचाल संत जरनैल सिंह तो बाद संघर्ष की दूजी शख्सियत सन दूजे नंबर दी। उन्हां तों बाद बहुत जिम्मेवारी अपनी समझते रहे क्योंकि उन्होंने एक अहम जथेदारी मिली है अकाल तख्त साहब की, उस जिम्मेवारी समझते रहे तो समय समय सिर वो अपने मुद्दे उठाते रहे। हर एक तरह का लीडर उन्होंने को आता रहा चाहे वह कोई टकसाली ही चाहे कोई सियासी सी चाहे कोई होर जिम्मेवार बंदे क्योंकि मैं तो मिला रहा खुद मेरा यह पिंड राजधानी साड़ी ड्रेन तुम वेख रहे जे वो राजधानी से रटौला 1 किलोमीटर है मेरे तो ये उहदी राजधानी गिणिया जांदे सी 2-3 पिंड। मैनूं कीता गया सी 92 दे विच जदों बेअंत सिंह सरकार बन रही सी उदों चोणा चालू सी 5 फरवरी नूं इहनां मैनूं मेरा जेल भेजा 92 दी। वेखो जी मैं मुड़ के आया वां 93 दे एंड च बाहर आ, वो फरवरी शहीद हो गया।
ਬਾਕੀ ਸਾਡੀਆਂ ਇਨਕੁਆਰੀਆਂ ਆਉਂਦੇ ਰਹੀਆਂ ਖੇਤੀਬਾੜੀ ਐਗਰੀਕਲਚਰ ਕਰਦੇ ਰਹੇ ਮੁੜ ਕੇ ਜ਼ਿਆਦਾ ਮਤਲਬ ਪੁੱਛ ਗਿੱਛ ਹੁੰਦੀ ਰਹੀ ਆ ਮੁੜ ਕੇ ਮਾਦ ਪਰੇਸ਼ਾਨ ਨਹੀਂ ਕੀਤਾ ਆਪਾਂ ਨੂੰ ਪੁਲਿਸ ਨੇ ਕਦੇ ਜ਼ਿਆਦਾ ਇਨਕੁਆਰੀ ਆਉਂਦੀ ਰਹੀ ਵੀ ਹਾਂ ਪਿੰਡ ਜੇ ਠੀਕ ਆ ਪਿੰਡ ਹੈ ਅਤੇ ਬਾਕੀ ਜ਼ਿੰਦਗੀ ਤੁਹਾਡੇ ਸਾਹਮਣੇ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਵਾ ਐਂਡ ਬਾਬਾ ਮਾਣੋ ਚਾਹ ਲਿਆ ਫੋਰਸ ਦਾ ਐਂਡ ਜਿਹੜਾ ਬਾਬਾ ਮਾਣੋ ਚਾਹ ਲਿਆ ਉਹ ਤੋਂ ਬਾਅਦ ਖਾੜਕੂ ਕੋਈ ਨਹੀਂ ਰਹਿ ਗਿਆ ਕਿਉਂਕਿ ਬਾਅਦ 'ਚ ਮੁੜ ਕੇ ਜਿਹੜੇ ਲੈ ਗਏ ਸੀ ਵੀ ਜਿਹੜਾ 28 ਫਰਵਰੀ 1993 ਨੂੰ ਇਹ ਸ਼ਹੀਦ ਹੋਏ ਆ ਉਹਦੇ ਤੋਂ ਬਾਅਦ ਜਿਹੜਾ ਖਾੜਕੂਆਂ ਦਾ ਬਿਲਕੁਲ ਸਫਾਇਆ ਉਦੋਂ KPS ਗਿੱਲ ਨੇ ਐਲਾਨ ਕਰਤਾ ਵੀ ਅੱਜ ਬੋਰਡ ਪੁੱਟ ਕੱਤਿਆ ਸੀ ਖਾੜਕੂਵਾਦ ਦਾ ਇਹ ਉਹ ਇਨਸਾਨ ਸੀ ਜਿਹਨੇ ਦੁਬਾਰਾ ਪੈਦਾ ਕਰ ਦੇਣੇ ਸੀ ਅਤੇ ਆ ਜਿਹੜਾ ਖਾਤਮਾ ਅਤੇ ਵਾਕਿਆ ਆ ਉੱਦਣ ਤੋਂ ਖਾਤਮਾ ਹੋਇਆ ਹੋ ਗਿਆ ਚੁੱਕਾ ਸੀ ਧਰਮ ਦਾ ਬਹਾਨਾ ਬਣਾ ਪੰਜਾਬ ਦੇ ਮਸਲਿਆਂ ਨੂੰ ਫਿਰਕੂ ਮਸਲਾ ਐਲਾਨ ਦੇਣਾ ਕਦੀ ਵੀ ਸਹੀ ਨਹੀਂ ਸੀ ਪਾਣੀ ਪੰਜਾਬ ਦੇ ਰੈਪੇਰੀਅਨ ਹੱਕ ਪੰਜਾਬ ਦਾ ਪਰ 75% ਰੈਪੇਰੀਅਨ ਹੱਕ ਰੱਖਦਾ ਪੰਜਾਬ ਦਾ ਪਾਣੀ ਗੈਰ ਰੈਪੇਰੀਅਨ ਸੂਬਿਆਂ ਨੂੰ ਦੇ ਦਿੱਤਾ ਗਿਆ ਨਤੀਜਾ ਚੱਡਾ ਰਿਪੋਰਟ 1985 ਮੁਤਾਬਕ ਪੰਜਾਬ ਉਹਨਾਂ ਸਾਲਾਂ ਵਿੱਚ 58.65% ਖੇਤੀਬਾੜੀ 'ਚ ਸਿੰਚਾਈ ਟਿਊਬਵੈੱਲ ਰਾਹੀਂ ਕਰ ਰਿਹਾ ਸੀ ਆਪਣਾ ਪਾਣੀ ਹੋਵੇ ਤੇ ਸਾਨੂੰ ਧਰਤੀ ਚੋਂ ਪਾਣੀ ਕੱਢ ਕੇ ਵਰਤਣਾ ਪਵੇ ਇਹ ਕਿੱਥੋਂ ਦਾ ਕਾਨੂੰਨ ਹੈ 28 ਅਪ੍ਰੈਲ 1974 ਨੂੰ ਮੇਜਰ ਜਨਰਲ ਗੁਰਬਖਸ਼ ਸਿੰਘ ਨੇ ਪੰਜਾਬ ਵਿੱਚ ਵਧਦੀ ਬੇਰੁਜ਼ਗਾਰੀ ਨੂੰ ਬਿਆਨ ਕਰਦਿਆਂ ਦੱਸਿਆ ਸੀ ਕਿ ਕਿਵੇਂ 1965 ਅਤੇ 1971 ਦੀ ਲੜਾਈ 'ਚ ਪੰਜਾਬ ਸਾਰੇ ਜ਼ਖਮ ਆਪਣੀਆਂ ਛਾਤੀਆਂ 'ਤੇ ਹੰਡਾਉਣ ਦੇ ਬਾਵਜੂਦ ਬੇਰੁਖੀ ਦਾ ਸ਼ਿਕਾਰ ਹੋਇਆ ਪੰਜਾਬ ਨੇ ਰੁਜ਼ਗਾਰ ਵਿੱਚ ਫੌਜੀ ਜ਼ਿੰਦਗੀ ਆਮ ਜ਼ਿੰਦਗੀ ਅਤੇ ਸਨਅਤ ਹਰ ਪਾਸੇ ਤੋਂ ਸਰਹੱਦੀ ਸੂਬਾ ਹੋਣ ਕਰਕੇ ਮਾਰ ਖਾਧੀ ਹੈ ਉਹ ਮਕਾਨ ਨਵਾਂ ਬਣਾਇਆ ਸੀ ਨਾ ਅਤੇ ਉਹਦੇ ਵਿੱਚ ਉਸ ਦਿਨ ਮੀਟਰ ਲੱਗਾ ਸੀ ਬਿਜਲੀ ਵਾਲਾ ਪਹਿਲੇ ਦਿਨ ਅਤੇ ਇਹ ਅੰਮ੍ਰਿਤਸਰੋਂ ਆ ਰਿਹਾ ਸੀ ਅਤੇ ਆਣ ਕੇ ਅਤੇ ਬੱਚੇ ਨੂੰ ਛੋਟੇ ਨੂੰ ਚੁੱਕ ਕੇ ਇੱਦਾਂ ਕੀ ਸੀ ਨਾਲ ਲਾ ਕੇ ਇੱਦਾਂ ਚੁੱਕ ਕੇ ਅਤੇ ਅਗਲੇ ਪਾਸੇ ਮੀਟਰ ਵੇਖਣ ਜਾਣ ਡਏ ਜਿੰਨੇ ਚਿਰ ਨੂੰ ਪੁਲਿਸ ਦੀ ਗੱਡੀ ਬੂਹੇ ਗੜੀ ਆ ਗਈ ਅਤੇ ਅੰਮ੍ਰਿਤ ਤੋਂ ਥੋੜ੍ਹਾ ਵੱਡਾ ਸੀ ਬੇਟਾ ਸਾਡਾ ਗੁਰਸ਼ਰਨ ਸਿੰਘ ਗੁਰਸ਼ਰਨ ਸਿੰਘ ਉਹਦਾ ਨਾਮ ਹਾਂਜੀ ਉਹ ਹੈਗਾ ਸੀ ਉਦੋਂ 1.5 ਸਾਲ ਦਾ ਸੀ 1.5-2 ਸਾਲ ਦਾ ਸੀ ਉਹਨੂੰ ਚੁੱਕ ਕੇ ਅਤੇ ਮੀਟਰ ਵੇਖਣ ਜਾਣ ਡਿਆ ਅਤੇ ਜਦੋਂ ਪਿੱਛਾ ਭੌਂਕ ਕੇ ਵੇਖਿਆ ਇਹਨਾਂ ਨੇ ਪੁਲਿਸ ਦੀ ਗੱਡੀ ਬੂਹੇ ਗੜੀ ਆ ਗਈ ਹੈ ਅਤੇ ਉਦੋਂ ਸਾਰੇ ਵਾਪਸ ਇੱਕ ਦੋ ਜੇ ਇੱਕ ਮੈਂਬਰ ਵੀ ਸੀ ਨਾਲ ਵੀ ਜਿਹੜੇ ਕਿਸੇ ਕੰਮ ਗਏ ਹੁਣ ਕੇ ਆਏ ਸੀ ਨਾਲ ਸਾਡੇ ਬਾਪੂ ਜੀ ਨਾਲ ਇਹ ਛੋਟੇ ਨਿੰਦਰ ਹੋਣੀ ਫੌਜੀ ਹੋਣੀ ਸਾਰੇ ਜਾਣੇ ਸੀ ਅਤੇ ਜਦੋਂ ਇਹਨਾਂ ਨੇ ਆਵਾਜ਼ ਮਾਰੀ ਆ ਵੀ ਬੁਲਾਇਆ ਇਹਨਾਂ ਨੂੰ ਅਤੇ ਇਹਨਾਂ ਨੇ ਪਿੱਛੇ ਬਾਪੂ ਜੀ ਨੂੰ ਵੀ ਇਹਨਾਂ ਦੇ ਆਪਣੇ ਬੱਚਿਆਂ ਦੇ ਨਾਂ ਦੱਸੋ ਇਹਨਾਂ ਕਿਹਾ ਵੀ ਨਾਂ ਦੇ ਤੁਸੀਂ ਸਾਰੇ ਜਾਣਦੇ ਅੱਗੇ ਇਹਨਾਂ ਦੇ ਥਾਣਿਆਂ 'ਚ ਨਾਂ ਤਾਂ ਹੈਗੇ ਆ ਪਰ ਫਿਰ ਵੀ ਉਹਨਾਂ ਨੇ ਬੁਲਾ ਕੇ ਨਾਂ ਪੁੱਛੇ ਵੀ ਇਹਦਾ ਨਰਵੈਲ ਸਿੰਘ ਪਹਿਲਾਂ ਪੁੱਛਿਆ ਵਾ ਇਹਦਾ ਨਿੰਦਰ ਸਿੰਘ ਤਰਲੋਚਨ ਸਿੰਘ ਇਹ ਨਰਵੈਲ ਸਿੰਘ ਫਿਰ ਕਹਿੰਦੇ ਨਰਵੈਲ ਸਿੰਘ ਕਹਿੰਦੇ ਵੀ ਤੁਸੀਂ ਬੱਚਾ ਤਾਰ ਦਿਉ ਅਤੇ ਸਾਡੇ ਨਾਲ ਚੱਲੋ ਬੱਚਾ ਤਾਂ ਉੱਤਰਦਾ ਹੀ ਨਹੀਂ ਹੈ ਚਿੰਬੜਿਆ ਸੀ ਨਾਲ ਅਤੇ ਧੋ ਕੇ ਹੀ ਲਾਇਆ ਅਤੇ ਵਿਚਾਰੇ ਨੂੰ ਇਹਨਾਂ ਦੀ ਦਾਦੀ ਨੇ ਬੜਾ ਖਿੱਚ ਕੇ ਲਾਇਆ ਭਾਈ ਨਿਰਵੈਲ ਸਿੰਘ ਬਾਬਾ ਮਾਨੋ ਚਾਲ ਦੇ ਨਿੱਕੇ ਭਰਾ ਸਨ 9 ਸਤੰਬਰ 1992 ਨੂੰ ਉਹਨਾਂ ਦਾ ਮੁਕਾਬਲਾ ਬਣਾਉਣ ਤੋਂ ਬਾਅਦ ਹੀ ਮਾਨੋ ਚਾਲ ਨਿਵਾਸ 'ਤੇ ਕਬਜ਼ਾ ਕੀਤਾ ਗਿਆ ਬਾਬਾ ਮਾਨੋ ਚਾਲ ਦੇ ਭਰਾ ਨਰਿੰਦਰ ਸਿੰਘ ਮੁਤਾਬਕ ਘਰ 40 ਕੁਇੰਟਲ ਕਣਕ ਵੀ ਪੁਲਿਸ ਨੇ ਸਾਂਭ ਲਈ ਉਹਨਾਂ ਸਾਲਾਂ 'ਚ 17 ਏਕੜ ਝੋਨੇ ਦੀ ਫਸਲ ਵੀ ਪੁਲਿਸ ਨੇ ਕਟਵਾਈ ਇੱਕ ਸਾਲ ਹੋ ਗਿਆ ਜਮਾਨਤ 'ਤੇ ਆਇਆ ਅਤੇ ਇਹ ਗੱਲ ਤਾਂ ਥੋੜ੍ਹੀ ਪਤਾ ਸੀ ਵੀ ਇਹਨਾਂ ਨੇ ਛੱਡਣਾ ਹੀ ਨਹੀਂ ਫਿਰ ਮਗਰ ਵੀ ਗਏ ਆ ਪਰ ਉਹਨਾਂ ਕੋਈ ਨਹੀਂ ਸੁਣੀ ਉਹ ਸਗੋਂ ਇਹਨਾਂ ਨੂੰ ਵੀ ਗਾਲਾਂ ਕੱਢਣ ਡੇ ਪਏ ਬਜ਼ੁਰਗਾਂ ਨੂੰ 1 ਮਹੀਨਾ ਅਤੇ 8 ਦਿਨ ਇਹਨਾਂ ਨੂੰ ਮਾਰ ਕੁੱਟ ਕਰਦੇ ਰਹੇ ਕੋਈ ਦਾੜੀ ਦਾ ਇਹਨਾਂ ਦਾ ਕੇਸ ਨਹੀਂ ਛੱਡਿਆ ਕੋਈ ਵਾਲਾਂ ਦਾ ਸਿਰ ਦਾ ਕੋਈ ਦੰਦ ਨਹੀਂ ਸਾ ਅਤੇ ਦੰਦ ਵੀ ਭੰਨ ਦਿੱਤੇ ਇਹ ਤਾਂ ਖੁਦ ਅਸੀਂ ਵੇਖ ਕੇ ਵੀ ਆਏ ਨਾ ਜਦੋਂ ਪੁਲਿਸ ਵਾਲੇ ਜਾਂਦੇ ਆ ਮਤਲਬ ਵੀ ਬਾਹਰ ਅੰਦਰ ਹੋਰ ਨਹੀਂ ਥਾਈ ਰੇਡ ਕਰਨ ਉਦੋਂ ਥਾਣੇ ਦੇ ਵਿੱਚ ਇੱਕ ਅੱਧਾ ਜਾਣਾ ਹੁੰਦਾ ਅਤੇ ਚਲੋ ਜਾਣ ਪਛਾਣ ਹੋ ਹੀ ਜਾਂਦੀ ਉਦੋਂ ਅਸੀਂ ਗਈਆਂ ਸੀ ਮਿਲਣ ਕਿਸੇ ਦਾ ਇਤਨਾ ਕੋਠਾ ਵੀ ਕੋਠੀ ਸੀ 2 ਮੰਜ਼ਲੀ ਅਤੇ ਉਹਦੇ ਉੱਤੋਂ ਸਾਹਮਣੇ ਦੀਦੀ ਸੀ ਚੌਂਕੀ ਅਤੇ ਅਸੀਂ ਵੇਹਨ ਘਰੀਆਂ ਖਲੋਤੀਆਂ ਧੁੱਪੇ ਤੁਹਾਨੂੰ ਪਤਾ ਸਾਉਣ ਭਾਦਰੋਂ 'ਚ ਕਿੰਨੀ ਧੁੱਪ ਹੁੰਦੀ ਅਤੇ ਉਹ ਲੰਘਾ ਕੇ ਤੁਰ ਰਹੇ ਸੀ ਜਦੋਂ ਉਹਨਾਂ ਨੂੰ ਬਾਥਰੂਮ ਕਰਨ ਲਈ ਆਉਣ ਡੇ ਅਤੇ ਸਾਡੇ ਵੱਲ ਨਹੀਂ ਵੇਖਿਆ ਅਤੇ ਜਦੋਂ ਭੌਂਕੇ ਵਾਪਸ ਜਾ ਕੇ ਅਤੇ ਦਰਵਾਜ਼ੇ ਦੇ ਵਿੱਚੋਂ ਹੱਥ ਤੋਂ ਪੁਲਿਸ ਵਾਲਾ ਜੱਗ ਨਾਲ ਪਾਣੀ ਪਾਉਣ ਡਿਆ ਅਤੇ ਉਹਨਾਂ ਦਾ ਇੰਝ ਧਿਆਨ ਪੈ ਗਿਆ ਸਾਡੇ ਵੱਲ ਫਿਰ ਸਾਨੂੰ ਹੱਥ ਖੜਾ ਕੀਤਾ ਵੀ ਮੈਂ ਠੀਕ ਹਾਂ ਤੁਸੀਂ ਜਾਓ ਅਤੇ ਤੁਰਨ ਲੰਘਾ ਕੇ ਡਏ ਸੀ ਹਾਲਤ ਬਹੁਤ ਮੰਦੀ ਸੀ ਉਹ ਅਸੀਂ ਵੇਖਿਆ ਬਸ ਨਾ ਨਾ ਛੱਡਿਆ ਕੁਛ
ਉਦੋਂ ਬਾਅਦ ਫਿਰ ਸਰਿਆਲੀ ਲੈ ਗਏ, ਫਿਰ ਵੈਰੋਵਾਲ ਲੈ ਗਏ, ਇੱਦਾਂ ਹੀ ਥਾਣਿਆਂ 'ਚ ਘੁੰਮਾਉਂਦੇ ਰਹੇ, ਕੁੱਟਮਾਰੀ ਕਰਦੇ ਰਹੇ। ਅਖਬਾਰ ਦਿੱਤੇ ਇਹਨਾਂ ਨੇ ਦਿੱਤਾ ਸੀ ਕਿ ਖਾਰੇ ਵਾਲੇ ਪੁਲ 'ਤੇ ਇਹਨਾਂ ਦਾ ਮੁਕਾਬਲਾ ਬਣਾ ਦਿੱਤਾ ਗਿਆ। ਕੋਈ ਲਾਸ਼ ਨਹੀਂ ਦਿੱਤੀ ਸਾਨੂੰ, ਕੁਛ ਸਾਨੂੰ ਉਸ ਤਰ੍ਹਾਂ ਦੱਸਿਆ ਨਹੀਂ ਗਿਆ, ਅਖਬਾਰ 'ਤੇ ਹੀ ਪੜ੍ਹਿਆ। ਉਹ ਸ਼ਹੀਦ ਤਾਂ ਵੈਸੇ ਅੰਦਰ ਹੀ ਹੋ ਗਏ ਸੀ ਥਾਣੇ 'ਚ, ਅਤੇ ਕਿਉਂਕਿ ਜਦੋਂ ਇਹ ਤੁਰ ਨਹੀਂ ਸਕਦੇ ਅਤੇ ਸਰੀਰ 'ਤੇ ਇੰਝ ਕਰਕੇ ਉਂਗਲਾਂ ਵੀ ਲਾਉਂਦੇ ਸੀ ਅਤੇ ਪਾਣੀ ਸਿੰਮਦਾ ਸੀ ਖੂਨ, ਅਤੇ ਬਿਲਕੁਲ ਨਹੀਂ ਸੀ ਨਾ ਵੀ ਇੰਨੀ ਹਾਲਤ ਮਾੜੀ ਕਰ ਦਿੱਤੀ। ਫਿਰ ਇਹ ਗੱਡੀ ਦੇ ਵਿੱਚੋਂ ਲੈ ਕੇ ਗਏ, ਹੋਰ ਵੀ ਲੋਕਾਂ ਨੇ ਵੇਖੇ ਜੋ ਨਸ਼ਹਿਰੇ ਥਣੀ ਲੰਘੇ ਸਰਿਆਲੀ ਨੂੰ, ਅਤੇ ਇਹਨਾਂ ਨੂੰ ਚਾਦਰ ਦੇ ਵਿੱਚ ਪਾ ਕੇ ਅਤੇ ਚੌਂ ਜਣਿਆਂ ਨੇ ਫੜ ਕੇ ਉੱਥੇ ਉਤਾਰਤਾ ਸੜਕ 'ਤੇ, ਉੱਧਰ ਉੱਧਰ ਹੀ ਗੋਲੀਆਂ ਚਲਾ ਤੀ, ਫਿਰ ਗੱਡੀ 'ਚ ਪਾ ਕੇ ਅਤੇ ਲੈ ਗਏ। ਪਤਾ ਨਹੀਂ ਇਹਨਾਂ ਨੇ ਕਿੱਥੇ ਸੰਸਕਾਰ ਕੀਤਾ, ਕੀ ਕੀਤਾ, ਕੀ ਨਹੀਂ। ਲਾਸਟ ਟਾਈਮ ਜਦੋਂ ਮਤਲਬ ਜੂਨ 84 ਵਾਲਾ ਚੱਕਰ ਚੱਲਣਾ ਸੀ, ਸੰਤਾਂ ਨੇ 15 ਦਿਨ ਪਹਿਲਾਂ ਬਾਬਾ ਮਨੂ ਚਾਲ ਨੂੰ ਉੱਥੋਂ ਕੱਢਤਾ, ਇਹ ਕਹਿ ਕੇ ਭੇਜਿਆ ਵੀ ਗੁਰਬਿੰਦਰ ਸਿੰਘ ਪਿੰਡ ਗੁਰਦੁਆਰਾ ਬਣਦਾ ਵੀ ਜਾ ਕੇ ਗੁਰਦੁਆਰਾ ਬਣਾ। ਜਿੰਨਾ ਚਿਰ ਮੈਂ ਸਨਾਹ ਨਾ ਭੇਜਾਂ, ਸੰਤਾਂ ਨੇ ਕਿਹਾ ਜਿੰਨਾ ਚਿਰ ਮੈਂ ਅਸੀਂ ਤੁਹਾਨੂੰ ਸਨਾਹ ਨਾ ਭੇਜੀਏ ਉਨਾ ਚਿਰ ਤੁਸੀਂ ਇੱਥੇ ਨਹੀਂ ਆਉਣਾ। ਇਹ ਨਹੀਂ ਗਏ, ਇਹ ਅਟੈਕ ਦੇ ਟਾਈਮ 'ਤੇ ਦਰਬਾਰ ਸਾਹਿਬ ਬਾਹਰ ਸੀ। ਅਤੇ ਲੋਚਨ ਸਿੰਘ 1978 'ਚ ਭਾਰਤੀ ਫੌਜ 'ਚ ਸ਼ਾਮਲ ਹੋਏ। 1984 ਨੂੰ ਦਰਬਾਰ ਸਾਹਿਬ 'ਤੇ ਹਮਲਾ ਹੋਣ ਤੋਂ ਬਾਅਦ ਉਹ ਵੀ ਉਹਨਾਂ 7000 ਫੌਜੀਆਂ ਵਿੱਚੋਂ ਸਨ ਜਿਨ੍ਹਾਂ ਦੇ ਹਿਰਦੇ ਵਲੂੰਦਰ ਗਏ ਅਤੇ ਬਗਾਵਤ ਕਰਕੇ ਅੰਮ੍ਰਿਤਸਰ ਨੂੰ ਰਵਾਨਾ ਹੋਏ। ਸਾਨੂੰ ਲੱਗੀ ਸੀ BBC ਲੰਡਨ ਦੀਆਂ ਖਬਰਾਂ ਤੋਂ 6:40 'ਤੇ 7 ਤਰੀਕ ਨੂੰ, ਜਿਹਨੂੰ ਨਹੀਂ ਵੀ ਪਤਾ ਇੱਕ ਦੂਜੇ ਨੂੰ ਦੂਜਾ ਤੀਜੇ ਨੂੰ, ਜਾਣੀ ਕਿ 1 ਘੰਟੇ ਦੇ ਵਿੱਚ ਸਾਰੀ ਪਲਟਣ ਦੇ ਵਿੱਚ ਗੱਲ ਜਿਹੜੀ ਆਗਰ ਨੂੰ ਫੈਲ ਗਈ। ਅਤੇ ਸੂਬੇਦਾਰ ਅਵਤਾਰ ਸਿੰਘ ਪਹਿਰਾ ਕਰਕੇ ਉਹਨੂੰ ਆਉਂਦੇ ਆ, ਉਹਨੇ ਸਰਕਾਰ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ, ਉਹਨੇ ਰੇਡੀਓ ਮਾਰਿਆ ਪਵਾਂਗੇ। ਜਦੋਂ ਸਾਨੂੰ ਪਤਾ ਲੱਗਾ ਤਾਂ ਸਾਡੇ ਮਨ ਦੇ ਵਿੱਚ ਜੋਸ਼ ਆ ਗਿਆ ਕਿ ਇਹ ਕੰਮ ਗਲਤ ਹੋਇਆ, ਸਰਕਾਰ ਨੂੰ ਇਹ ਵੀ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ। ਉਸ ਤੋਂ ਬਾਅਦ ਦੇ ਵਿੱਚ ਬ੍ਰੇਕਫਾਸਟ ਦਾ ਟਾਈਮ ਹੁੰਦਾ, ਉਹ ਬ੍ਰੇਕਫਾਸਟ ਦੇ ਟਾਈਮ ਦੇ ਵਿੱਚ ਵੀ ਸਾਰੀ ਜਿਹੜੀ ਪਲਟਣ ਦੇ ਵਿੱਚ ਜਿਹੜਾ ਉਹ 8:30 ਤੋਂ ਪਹਿਲਾਂ ਮਤਲਬ ਪਲਟਣ ਪੂਰਾ ਪਤਾ ਲੱਗ ਗਿਆ ਕਿ ਆਹ ਗੱਲ ਹੋ ਗਈ। ਫਿਰ ਇੱਕ ਹੌਲਦਾਰ ਗਿਆਨ ਸਿੰਘ ਉਰਫ ਦੌੜੀਆ ਕਰਕੇ ਉਹਨੂੰ ਆਉਂਦੇ ਆ, ਉਹ ਜਿਹੜਾ ਨਿਕਲਾ ਉਹਦਾ ਬੈਰਕ 'ਚੋਂ ਆ ਕੇ ਸਾਨੂੰ ਗਾਲ ਕੱਢ ਕੇ ਕਹਿੰਦਾ, ਉਹ ਗਿਆਨੀਓ ਉਹ ਸਾਰਾ ਕੜਾਹ ਖਾ ਗਏ ਜੀ ਜਿਹੜੇ ਲਿਆਜੇ 'ਚ ਉਹਨੇ ਸਾਨੂੰ ਗਾਲ ਕੱਢੀ, ਜਿਹੜੇ ਲਿਆਏ ਮੈਂ ਉਹ ਗਾਲ 'ਤੇ ਨਹੀਂ ਬੋਲ ਸਕਦਾ, ਅਤੇ ਸਾਰਾ ਕੜਾਹ ਖਾ ਗਏ ਜੇ, ਹੁਣ ਪੰਥ ਨੂੰ ਲੋੜ ਪਈ ਆ ਤੁਸੀਂ ਪਿੱਛੇ ਲੋਕੇ ਜੇ, ਅਤੇ ਸਾਡਾ ਜਵਾਬ ਵੀ ਅਸੀਂ ਇਕੱਲੇ ਕੀ ਕਰ ਸਕਦੇ। ਉਹਨੇ ਹਾਂ ਮੈਂ ਤੁਹਾਡੇ ਨਾਲ ਹਾਂ। ਇੱਦਾਂ ਅਸੀਂ 4 ਤੋਂ 5 ਹੋ ਗਏ, ਗੁਰਦੁਆਰਾ ਸਾਹਿਬ ਚਲੇ ਗਏ, ਜਾ ਕੇ ਉੱਥੇ ਅਰਦਾਸ ਕਰਤੀ ਛੋਟੀ ਜੀ, ਮੀਟਿੰਗਾਂ ਵੀ ਚੱਲਦੀਆਂ ਰਹੀਆਂ, ਨਾਲ ਨਾਲ ਬੰਦੇ ਵੀ ਜੋੜੀ ਗਏ, ਅਤੇ 2:30 ਵਜੇ ਤੱਕ ਸਾਨੂੰ 250 ਬੰਦੇ ਦੀ ਆਸ ਹੋ ਗਈ ਸੀ ਵੀ ਸਾਡੇ ਨਾਲ ਤੁਰਨਗੇ। ਉਹਦੇ ਹੱਥ ਜਿਹੜੀ ਸੋਟੀ, ਉਹਨੂੰ ਸੋਟੀ ਦੇ ਨਾਲ ਇੱਕ ਲੀਹ ਖਿੱਚੀ ਉਹਨੇ, ਕਹਿੰਦਾ ਓਏ ਸੁਣੋ ਆ ਜੇ ਬਾਬੇ ਦੀਪ ਸਿੰਘ ਵਾਲੀ ਲਾਈਨ, ਜਿਹਨੇ ਜਾਣਾ ਅੰਮ੍ਰਿਤਸਰ ਉਹ ਇਹਨੂੰ ਟੱਪ ਜਾਓ, ਜਿਹਨੇ ਨਹੀਂ ਜਾਣਾ ਉਹ ਇੱਥੇ ਉੱਤੇ ਰਹੋ, ਅਤੇ ਸਭ ਤੋਂ ਪਹਿਲਾਂ ਮੈਂ ਟੱਪਾਂਗਾ। ਅਤੇ ਉੱਧਰੋਂ ਕੁਆਟਰ ਗਾਰਡ ਜਿਹੜਾ ਸੀ, ਕੁਆਟਰ ਗਾਰਡ ਉਹ ਥੱਬਿਆਂ ਦਾ ਹਥਿਆਰ ਸੁੱਟੇ ਗਏ, 500 ਤੋਂ 66 ਹਥਿਆਰ ਜਿਹੜੇ ਸਾਰੇ ਆਏ ਉੱਥੇ, ਜਿਹਦੇ ਵਿੱਚ 18 ਰਾਈਫਲ ਲੈਂਚਰ ਆ, 43 ਐਲਮੀਨੀਅਮ, ਅਤੋ 150 ਜਿਹੜੀ ਆ ਉਹ ਸਟੇਨ ਗਨ ਆ, 250 ਦੇ ਕਰੀਬ ਜਿਹੜੀ ਆ ਦੂਜੀ ਹੈਗੀ ਆ ਰਾਈਫਲ ਆ, ਅਤੇ ਆਪਣੇ RCL ਗੰਨਾਂ 6 ਜਿਹੜੀਆਂ ਟੈਂਕ ਤੋੜਦੀਆਂ, ਇਹ ਸਾਰਾ ਕੁਛ ਲੈ ਕੇ ਆ। ਬਾਬਾ ਮਾਣੋ ਚਾਲ ਜਿਹੜੇ ਸੀ ਉਹ ਕੌਮ ਬਾਰੇ ਬਹੁਤ ਸੋਚਦੇ, ਕਿਉਂਕਿ ਸਭ ਤੋਂ ਪਹਿਲਾਂ ਮੈਂ ਹੁਣ A ਤੋਂ ਲੈ ਕੇ Z ਤੀਕ ਤੁਹਾਨੂੰ ਦੱਸ ਦਿੰਦਾ ਕਿ 1988 ਜੁਲਾਈ ਦੇ ਵਿੱਚ ਭਾਈ ਮੋਹਕਮ ਸਿੰਘ ਨੂੰ ਮੈਂ ਬੁਲਾ ਕੇ ਲਿਆ, ਕਿਉਂਕਿ ਤੁਸੀਂ ਵੀ ਜਾਣਦੇ ਕਿ ਜਿਹੜੇ ਟਕਸਾਲ ਆ ਇਹ ਸੰਤ ਜਰਨੈਲ ਸਿੰਘ ਨੂੰ ਸ਼ਹੀਦ ਨਹੀਂ ਸੀ ਮੰਨਦੇ,
ਅਤੇ ਜਿਹੜੇ ਆਮ 400 ਦੇ ਕਰੀਬ ਜਿਹੜਾ ਸਿੰਘ ਸੀ ਸਾਡਾ ਉਹ ਜੋਧਪੁਰ ਜੇਲ੍ਹ ਵਿੱਚ ਸੀ ਅਤੇ ਮੈਨੂੰ ਇਹ ਕਹਿਣ ਲੱਗੇ ਵੀ ਜਾ ਕਿਤੇ ਬਰਪਾਲ ਪਿੰਡ ਆ ਭਾਈ ਮੁਗਲ ਸਿੰਘ ਬੈਠਾ ਫਲਾਣਾ ਸਿੰਘ ਦੇ ਘਰ ਉਹਨੂੰ ਲੈ ਕੇ ਆਉਣਾ ਤੂੰ ਮੈਂ ਲਿਆ ਕੇ ਇੱਥੇ ਹੀ ਅਸੀਂ ਖੇਤਾਂ ਦੇ ਵਿੱਚ ਮਿਲਾਇਆ ਉਹਨਾਂ ਭਾਈ ਮੁਗਲ ਸੋਹਣਾ ਇਹੀ ਵਿਚਾਰ ਕੀਤੇ ਹੋਏ ਆ ਤੁਸੀਂ ਭਾਈ ਮੁਗਲ ਸਿੰਘ ਜੀ ਸਿੱਖ ਟਕਸਾਲ ਦੇ ਬੁਲਾਰੇ ਜੀ ਮੇਨ ਬੁਲਾਰੇ ਤੁਹਾਡੇ ਕੋਲ ਮੇਨ ਅਹੁਦਾ ਵਾ ਅਤੇ ਹਾਲਾਤ ਬੜੇ ਬਦਤਰ ਹੋਏ ਆ ਕਿਉਂਕਿ ਜਿਹੜਾ ਸੰਘਰਸ਼ ਉੱਠਿਆ ਇਹ ਸਿਰਫ ਟਕਸਾਲ ਦੇ ਸਿਰੋਂ ਉੱਠਿਆ ਇਹਨਾਂ ਪਰਿਵਾਰਾਂ ਦੀ ਜ਼ਿੰਮੇਵਾਰੀ ਲੈਣਾ ਸਾਡਾ ਫਰਜ਼ ਆ ਜਾਂ ਉਹ ਜੋਧਪੁਰ 'ਚ ਆ ਸਿੰਘ 400 ਦੇ ਕਰੀਬ ਜਾਂ ਸ਼ਹੀਦ ਹੋ ਚੁੱਕੇ ਆ ਅਤੇ ਜਾਂ ਜੇਲ੍ਹਾਂ ਵਿੱਚ ਆ ਅਤੇ ਜੋ ਵੀ ਆਪਣਾ ਪੈਸਾ ਆ ਰਿਹਾ ਅਤੇ ਤੁਸੀਂ ਕੋਈ ਪੜ੍ਹਿਆ ਲਿਖਿਆ ਮੁੰਡਾ ਉੱਥੇ ਪ੍ਰਬੰਧਕ ਲਾਓ ਅਤੇ ਉਹ ਇਹਨਾਂ ਲੋਕਾਂ ਦਾ ਪੈਸੇ ਦਾ ਹਿਸਾਬ ਕਿਤਾਬ ਪੁੱਛੇ ਅਤੇ ਇਹਨਾਂ ਨੂੰ ਚਲਾਵੇ ਚਲੋ ਇੱਥੋਂ ਹੀ ਚਲੇ ਗਏ ਭਾਈ ਮੁਗਲ ਸਿੰਘ ਕਹਿਣ ਲੱਗੇ ਤਾਂ ਵਿਚਾਰ ਅਸੀਂ ਕਰਾਂਗੇ ਜੀ ਉਹਦੇ ਤੋਂ ਬਾਅਦ ਵੀ ਮਤਲਬ ਟਕਸਾਲ ਦੇ ਵਿੱਚ ਜਿਹੜੇ ਹੋਰ ਉਹਦੇ ਬੈਠੇ ਸੀ ਪ੍ਰਬੰਧਕ ਉਦੋਂ ਉਹਨਾਂ ਨੇ ਇਹਨਾਂ ਦੇ ਖਿਲਾਫ਼ ਇੱਕ ਬਿਆਨ ਲਗਾਇਆ 8-10 ਦਿਨ ਬਾਅਦ ਕਿ ਬਾਬਾ ਗੁਰਬਿੰਦ ਸਿੰਘ ਮਾਣੋ ਚਾਲ ਅਕਾਲ ਤਖ਼ਤ ਦਾ ਜਥੇਦਾਰ ਹੋਣ ਦੇ ਨਾਲ ਨਾਲ ਦਮਦਮੀ ਟਕਸਾਲ ਦੇ ਮੁਖੀ ਬਣਨੇ ਚਾਹੁੰਦੇ ਆ ਕਿਉਂਕਿ ਸੰਤ ਜਰਨੈਲ ਸਿੰਘ ਸ਼ਹੀਦ ਹੋ ਗਏ ਆ ਅਤੇ ਦਮਦਮੀ ਟਕਸਾਲ ਦਾ ਮੁਖੀ ਬਣ ਅਤੇ ਉਹ ਹੱਸ ਪਏ ਜਦੋਂ ਉਹ ਖਬਰ ਪੜ੍ਹੀ ਜੱਗ ਬਾਣੀ ਦੀ ਮੈਂ ਜਦੋਂ ਸ਼ਾਮ ਨੂੰ ਗਿਆ ਮੈਨੂੰ ਆਉਂਦਾ ਵੀ ਉਹ ਸਰੋਪਾ ਪੈ ਗਿਆ ਜੀ ਉੱਦਣ ਵਾਲੀਆਂ ਦੇ ਮੀਟਿੰਗ ਦਾ ਸੁਝਾਅ ਦੇਣ ਦਾ ਭਾਵ ਵੇਖੋ ਅੱਜ ਵੀ ਚਾਹੇ ਕਾਂਗਰਸ ਆ ਚਾਹੇ ਕੋਈ ਅਕਾਲੀ ਆ ਸਿਆਸੀ ਪਾਰਟੀ ਜਾਂ ਕੋਈ ਟਕਸਾਲਾਂ ਜੇ ਕੋਈ ਸਹੀ ਬੰਦਾ ਸੱਚ ਦੀ ਆਵਾਜ਼ ਜਾਂ ਚੰਗਾ ਸੋਚਣ ਬਾਰੇ ਸੋਚਦਾ ਤਾਂ ਉਹਦੀ ਵਿਰੋਧ ਤਾਂ ਹੁੰਦੀ ਹੁੰਦੀ ਹੈ ਕਿਉਂਕਿ ਬਾਬਾ ਮਾਣੋ ਚਾਲ ਨੇ ਜਿਹੜਾ ਤੁਸੀਂ ਇਲੈਕਸ਼ਨ ਦੀ ਗੱਲ ਕੀਤੀ ਵਿਰੋਧ ਕਿਉਂ ਕੀਤੀ ਬਾਈਕਾਟ ਦੀ ਉਹ ਕੌਮ ਬਾਰੇ ਸੋਚਦੇ ਬੜੇ ਵਿਦਵਾਨਾਂ ਦਾ ਜਦੋਂ ਲੈਣ ਉਹਨਾਂ ਲੜਨ ਦਾ ਵੀ ਫੈਸਲਾ ਕੀਤਾ ਸੀ ਨਾ ਜਾਂ ਇਲੈਕਸ਼ਨ ਬੜੇ ਪੜ੍ਹੇ ਲਿਖੇ ਲੋਕਾਂ ਨਾਲ ਸਲਾਹ ਲੈ ਕੇ ਅਤੇ ਫਿਰ ਇਹ ਸਟੈਪ ਚੁੱਕਿਆ ਸੀ ਕਿ ਜਦੋਂ ਕੌਮ ਸਾਡੇ ਨਾਲ ਆ ਕੌਮ ਦੀ ਅਸੀਂ ਲੜਾਈ ਲੜ ਰਹੇ ਹਾਂ ਅਤੇ ਅਸੀਂ ਬਾਈਕਾਟ ਕਿਉਂ ਕਰੀਏ ਜਿਹੜੇ ਸਾਡੇ ਵਿਚਾਰੇ ਬੇਘਰ ਲੋਕ ਘਰ ਹੋਏ ਆ ਉਹਨਾਂ ਦਾ ਕੋਈ ਬੱਚਾ ਰੁਜ਼ਗਾਰ 'ਤੇ ਲਗਾਈਏ ਕਿਸੇ ਦਾ ਕੁਛ ਕਰੀਏ ਕਿਸੇ ਨੂੰ ਆਫਰ ਫਾਇਦਾ ਦੇਈਏ ਕਿ ਸਵਾਏ ਛਿੱਤਰਾਂ ਤੋਂ ਅਸੀਂ ਕੁਛ ਦੇ ਨਹੀਂ ਸਕੇ ਅੱਜ ਤੱਕ ਇਹ ਸੰਘਰਸ਼ਦਾਨ ਜਿਹੜਾ ਵੀ ਸਾਡੇ ਨਾਲ ਜੁੜਿਆ ਉਹਨੂੰ ਸਵਾਏ ਕੁੱਟ ਕਟਾਪੇ ਤੋਂ ਬਾਅਦ ਕੁਛ ਨਹੀਂ ਹਾਸਲ ਹੋਇਆ ਇਸ ਕਾਰਨ ਉਹਨਾਂ ਇਲੈਕਸ਼ਨ ਲੜਨ ਦਾ ਫੈਸਲਾ ਲਿਆ ਜਿਹਦੇ ਵਿੱਚ ਮੈਂ ਵੀ ਉਮੀਦਵਾਰ ਸੀ ਤਰਨ ਤਾਰਨ ਹਲਕੇ ਤੋਂ ਉਹਨਾਂ ਦੇ ਜਿਹੜੇ ਭਰਾਤਾ ਸੀ ਬਲਵਿੰਦਰ ਸਿੰਘ ਉਹ ਨਸ਼ਹਿਰਾ ਪੰਨੂਆਂ ਤੋਂ ਸੀ ਇਸ ਕਰਕੇ ਉਹਨਾਂ ਇਲੈਕਸ਼ਨ ਕਾਨਵੇਂ ਵਾਲੀ ਲੜਨ ਦਾ ਫੈਸਲਾ ਕੀਤਾ ਕੌਮ ਦੇ ਤਨ ਮੁੱਖ ਰੱਖਦੇ ਹੋਏ ਜਿਹੜਾ ਫੈਸਲਾ ਉਹਨਾਂ ਲਿਆ ਜਿਹੜੀ ਪੰਥਕ ਮਾਮਲਿਆਂ ਨੂੰ ਨਿਬੇੜਨ ਲਈ ਸਭ ਤੋਂ ਪਹਿਲਾਂ ਇਹ ਖਾੜਕੂ ਸੰਘਰਸ਼ ਨੇ ਇੱਕ ਪੰਥਕ ਕਮੇਟੀ ਬਣਾਈ ਸੀ ਉਹਦੇ 'ਚ 5 ਮੈਂਬਰ ਸੀ ਜਿਹਦੇ 'ਚ ਬਾਬਾ ਗੁਰਭਜਨ ਸਿੰਘ ਜੀ ਮਾਣੋ ਚਾਲ ਬਸਨ ਸਿੰਘ ਜੀ ਜਫਰਵਾਲ ਗੁਰਦੇਵ ਸਿੰਘ ਜੀ ਸਮਾਨ ਵਾਲਾ ਧੰਨਾ ਸਿੰਘ ਜੀ ਉਹ ਖੈਰਾ ਮੱਝਾ ਨਾਂ ਤਾਂ ਉਹਨਾਂ ਦਾ ਕੋਈ ਹੋਰ ਸੀ ਬਲਬੀਰ ਸਿੰਘ ਇਸੇ ਤਰ੍ਹਾਂ ਇੱਕ ਅਰੂੜ ਸਿੰਘ ਇਹ 5 ਸਿੰਘਾਂ ਦੀ ਪੰਥਕ ਕਮੇਟੀ ਬਣਾਈ ਜਿਹੜੀ ਪਹਿਲੀ ਪੰਥਕ ਕਮੇਟੀ ਦੇ ਮੈਂਬਰ ਬਾਬਾ ਗੁਰਭਜਨ ਸਿੰਘ ਮਾਣੋ ਚਾਲ ਸੀ ਅਤੇ ਬੜੇ ਸਿਧਾਂਤਕ ਸੀ ਬਾਣੀ ਪੜ੍ਹਨ ਵਾਲੇ ਸੀ ਪਰ ਉਹ ਨਾਲ ਦੀ ਨਾਲ ਉਹਨਾਂ ਨੇ ਆਪਣੇ ਜਿਹੜਾ ਉਹਨਾਂ ਨੇ ਕੀਤਾ ਸੀ ਪ੍ਰਣ ਕੀਤਾ ਸੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਦੇ ਵੇਲੇ ਉਹਦੇ ਵਿੱਚ ਉਹ ਨਿਆਂ ਲੈਣ ਲਈ ਸਿੱਖਾਂ ਦੇ ਵਾਸਤੇ ਉਹ ਆਖਰੀ ਦਮ ਤੱਕ ਉਹ ਜਿਹੜੇ ਆ ਉਹ ਹਥਿਆਰਬੰਦ ਸੰਘਰਸ਼ ਕਰਦੇ ਕਰਦੇ ਉਹ ਸ਼ਹੀਦ ਹੋਏ ਨੇ ਅਤੇ ਮੈਂ ਸਮਝਦਾ ਵੀ ਅਜਿਹੇ ਜਿਹੜੇ ਯੋਧੇ ਨੇ ਉਹ ਕੌਮ ਲਈ ਰੋਲ ਮਾਡਲ ਹੁੰਦੇ ਨੇ ਉਹਨਾਂ ਨੇ ਵੇਖੋ ਇਸੇ ਕਰਕੇ ਕਿਹਾ ਵੀ ਆਪਾਂ ਇਲੈਕਸ਼ਨ ਲੜਾਂਗੇ ਅਤੇ ਇੱਕ ਪੰਥਕ ਸਾਡੀ ਜਿਹੜੀ ਆ ਮਤਲਬ ਬਣੂਗੀ ਸਮੁੱਚੀ ਸਰਕਾਰ ਅਤੇ ਉਹਦੇ ਵਿੱਚ ਅਸੀਂ ਮਤਾ ਪਾ ਕੇ ਖਾਲਿਸਤਾਨ ਦਾ ਅਤੇ ਆਪਣਾ ਜਿਹੜਾ ਆ ਵੀ ਇਹ ਬਣਾ ਸਕਾਂਗੇ ਜੀ ਉਹ ਇਸ ਤਰ੍ਹਾਂ ਸੁਣਿਆ ਜੀ ਚਿੱਤਰਾ ਭਾਈ ਮਨਜੀਤ ਸਿੰਘ ਹੋਣਾ ਨੇ ਜੋ ਬਾਈਕਾਟ ਕਰਕੇ ਅਤੇ ਬਾਬਾ ਜੀ ਨੂੰ ਕੋਲ ਗਏ ਆ ਇਹਨਾਂ ਨੂੰ ਉਹਨਾਂ ਨੇ ਉਹਨਾਂ ਨੇ ਇੱਥੋਂ ਤੱਕ ਕਹਿਤਾ ਸੀ ਵੀ ਤੁਸੀਂ ਸੰਤ ਕਰਤਾਰ ਸਿੰਘ ਜੀ ਦੇ ਭਜੰਗੇ ਜੋ ਮੈਂ ਨਹੀਂ ਤਾਂ ਹੋਰ ਕੀ ਹੁੰਦਾ ਅਤੇ ਮੈਂ ਮਤਲਬ ਕਹਿੰਦਾ ਬਹੁਤ ਜ਼ਿਆਦਾ ਉਹ ਮਤਲਬ ਇਸ ਚੀਜ਼ ਦੇ ਵਿੱਚ ਗੁੱਸੇ 'ਚ ਆਏ ਬਾਬਾ ਜੀ ਨੇ ਕਿਹਾ ਸੀ ਵੀ ਤੁਸੀਂ ਅੱਜ ਮੇਰੀ ਮੌਤ 'ਤੇ ਵਰੰਟ 'ਤੇ ਸਾਈਨ ਕਰ ਆਏ ਜੀ ਇੱਕ ਵੇਖੋ ਉਹ ਜਿਹੜੀ ਤੁਸੀਂ ਗੱਲ ਕੀਤੀ ਆ ਭਾਈ ਬਾਈਕਾਟ ਕਰਨ ਕਰਕੇ ਉਦੋਂ ਲੋਕਾਂ ਵੋਟਾਂ 'ਤੇ ਪਾਈਆਂ ਨੇ ਮਤਲਬ ਉਹਨਾਂ ਨੇ ਆਪਣੀਆਂ ਥੋੜ੍ਹੀਆਂ ਬਦੂ ਵੋਟਾਂ ਪਾ ਕੇ ਅਤੇ ਸਰਕਾਰ ਬਣ ਗਈ ਜੀ ਸਰਕਾਰ ਬਣਦੇ ਉਹਨਾਂ ਨੇ ਇਹੋ ਜਿਹੇ ਜ਼ਾਲਮ ਪੁਲਿਸ ਵਾਲੇ ਲਾ ਤੇ ਜਿਤਰਾ ਜੀਸੋ ਸੰਧੂ ਇੱਥੇ ਮੈਂਟਲ ਜਿਹਨੂੰ ਉਹਨੇ ਦੱਸਿਆ ਨਰਿੰਦਰ ਸੋਹਣਾ ਨੇ ਵੀ ਉਹ ਮੈਂਟਲ ਹੀ ਜੋ ਮੈਂਟਲ ਹੀ ਸੀ ਪੁਲਿਸ ਦਾ ਇੱਥੇ ਲਾਉਣ ਦਾ ਹੱਕ ਨਹੀਂ ਸੀ ਪਰ ਉਦੋਂ ਗੱਲ ਉਹ ਜਿਤਰਾ ਹੰਸਰਾਜ ਨੇ ਕੋਈ ਵੀ ਨਾ ਕੋਈ ਪੀਰ ਦਲੀਲ ਸੁਣੇ ਨਾ ਕੋਈ ਚੱਲਦੀ ਵਿੱਚ ਕਚਹਿਰੀ ਬਸ ਬੁਰੇ ਹਾਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਨਾਲ ਹੀ ਮਿਲੇ ਕਰਤਾਰ ਸਿੰਘ ਸੀ ਭਾਈ ਦਿਆ ਸਿੰਘ ਜਿਹੜਾ ਉਹਦਾ ਪਹਿਲਾ ਪੀਹੋ ਦਾ ਭਰਾ
ਅਤੇ ਸ਼ਾਮੀ 6 ਵਜੇ ਇੱਕ ਖਬਰ ਆਈ ਵੀ ਬਾਬਾ ਗੁਰਬੰਦ ਸਿੰਘ ਮਾਣੋਚਾਲ ਪਿੰਡ ਰਟੌਲ ਵਿੱਚ ਮਾਰੇ ਗਏ। ਅਸੀਂ ਤਾਂ ਰਹਿ ਰਸ ਕਰਨੀ ਸੀ ਅਤੇ ਮੇਰਾ ਨਾ ਬੜਾ ਮਜੂਸ ਹੋ ਗਿਆ। ਮੈਂ ਜਿਹੜੇ ਨਾਲ ਦੇ ਮੁੰਡੇ ਸੀ ਸਿੰਘ ਮੇਰੇ ਬੈਰਕ 'ਚ, ਉਹ ਕਹਿੰਦੇ ਕੀ ਗੱਲ ਆ, ਬੜਾ ਭਾਅ ਚੁੱਪ ਜਿਹਾ ਗਿਆ। ਮੈਂ ਯਾਰ ਮੈਨੂੰ ਖਬਰ ਬੜੀ ਕੋਈ ਗਲਤ ਜਿਹੀ ਲੱਗੀ, ਕਹਿੰਦੇ ਤੈਨੂੰ ਭੁਲੇਖਾ ਪਿਆ ਹੋਣਾ। ਜਿਸ ਵੇਲੇ ਉਹਨਾਂ ਦੁਬਾਰਾ ਅਸੀਂ ਫਿਰ ਖਬਰਾਂ ਸੁਣੀਆਂ, ਕਹਿੰਦੇ ਰਹਿ ਰਸ ਫਿਰ ਕਰ ਲੈਂਦੇ ਹਾਂ, ਰੁਕ ਜਾਂਦੇ ਆਪਾਂ ਫਿਰ ਸੁਣਦੇ ਹਾਂ। ਫਿਰ ਪਹਿਲੀ ਚੋਣਵੀਂ ਖਬਰ ਕਿ ਬਾਬਾ ਗੁਰਬੰਦ ਸਿੰਘ ਮਾਣੋਚਾਰ ਰਟੌਲ ਪਿੰਡ ਵਿੱਚ ਮਾਰੇ। ਅਤੇ ਸਵੇਰੇ ਜਿਹੜਾ ਸੁਬਾ ਹੀ ਇੱਕ ਵਾਰਡਨ ਸੀ ਬਠਿੰਡੇ ਦਾ, ਮੈਂ ਅੰਮ੍ਰਿਤਧਾਰੀ ਸਿੰਘ ਸੀ, ਉਹਨੇ ਆ ਕੇ ਮੈਨੂੰ ਦੱਸਿਆ, ਕਹਿੰਦਾ ਤੇਰੇ ਬਾਬਾ ਜੀ ਬੜਾ ਮਾੜਾ ਕੰਮ ਹੋਇਆ, ਤੁਹਾਡਾ ਦੋਸਤ ਇੱਦਾਂ ਚੜ੍ਹਾਈ ਕਰ ਗਏ ਰਾਤ ਦੇ, ਤੁਹਾਨੂੰ ਪਤਾ। ਮੈਂ ਪਤਾ ਲੱਗ ਗਿਆ ਖਬਰਾਂ, ਰੇਡੀਓ ਤੋਂ ਸਾਨੂੰ ਪਤਾ ਚੱਲਿਆ। ਅਤੇ ਜਦੋਂ ਫਿਰ ਸਮੇਂ ਦੀਆਂ ਸਰਕਾਰਾਂ ਨੇ ਟੈਂਕਾਂ ਅਤੇ ਤੋਪਾਂ ਨਾਲ ਇੱਥੇ ਹਮਲਾ ਕੀਤਾ ਸੱਚਖੰਡ ਹਰਿਮੰਦਰ ਸਾਹਿਬ 'ਤੇ, ਇਨਸਾਫ ਮੰਗਦੇ ਆ ਅਤੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ 'ਤੇ ਆਈਆਂ ਸੰਗਤਾਂ ਬਹੁਤ ਵੱਡੀ ਗਿਣਤੀ 'ਚ ਸ਼ਹੀਦ ਹੋਈਆਂ, ਅਤੇ ਇਹ ਬਾਬਾ ਗੁਰਭਜਨ ਸਿੰਘ ਮਾਣੋਚਾਲ ਵਰਗੇ ਜਿਹੜੇ ਦਮਦਮ ਟਕਸਾਲ ਦੇ ਵਿੱਚ ਰਹਿੰਦੇ ਸੀ, ਇਹਨਾਂ ਦੇ ਮਨ ਦੇ ਵਿੱਚ ਜਿਹੜਾ ਉਹ ਰੋਸ ਜਾਗਿਆ ਅਤੇ ਇਹਨਾਂ ਨੇ ਹਥਿਆਰਬੰਦ ਜਿਹੜਾ ਸੰਘਰਸ਼ ਸ਼ੁਰੂ ਕੀਤਾ। ਅਤੇ ਉਹ ਜਦੋਂ ਘੇਰੇ 'ਚੋਂ ਨਿਕਲਿਆ, ਇਹਦਾ ਨਾਮ ਬੜਾ ਲੋਕਾਂ ਦੇ ਸਾਹਮਣੇ ਨਿਖਰ ਕੇ ਸਾਹਮਣੇ ਆਇਆ, ਉਹਦੇ ਲਈ ਬੜੀਆਂ ਵੱਡੀਆਂ ਕਵਿਤਾਵਾਂ ਬੜੀਆਂ ਵੀ ਚੱਲਦੀ ਫਿਰਦੀ ਜਾਗੋ ਰਾਣੀ ਮਾਣੋਚਾਲ ਖਲੋ ਗਈ, ਇਸ ਤਰ੍ਹਾਂ ਦਾ ਕਰਕੇ ਬੜੇ ਗੀਤ ਇਹਨਾਂ ਦੇ ਨਾਂ 'ਤੇ ਕਵਿਤਾਵਾਂ ਬਣੀਆਂ। ਇਹਨਾਂ ਨੇ ਸੰਘਰਸ਼ ਨੂੰ ਨਿੱਗਰ ਗਵਾਈ ਦਿੱਤੀ ਹੈ। ਉਹ ਲੈ ਤੁਰਿਆ ਟੈਗਰਾਂ ਨੂੰ, ਲੈ ਤੁਰਿਆ ਟੈਗਰਾਂ ਨੂੰ, ਮਾਣੋ ਜੀ ਚਾਹਲ ਕਰੀ ਕਮਾਲ, ਸੱਤੇ ਤੇ ਸੰਗੇ ਦੁਸ਼ਟ ਕਈ ਡੰਗੇ, ਨਦੋਰੀ ਚਾਚੇ ਪਾਏ ਪਟਾਕੇ ਛਿਨੇ ਚੰਗਿਆੜੇ, ਜਥਾ ਜਫਰ ਵਾਲੀਏ ਦਾ ਜਸਾ ਸਿੰਘ ਕੁੱਖ ਜੀ ਫਟੇ ਗਿਆ, ਚੁੱਕ ਜੀ ਸੂਰਮਾ ਵੀਲਾ ਬੜਾ ਫੁਰਤੀਲਾ, ਧਰਮ ਸਿੰਘ ਮਾਧੋ ਦੁਸ਼ਟ ਕਈ ਰਾੜੇ, ਉਸਨੇ ਉਪ ਗਵਰਨਰ ਦੇ ਦਿੱਲੀ ਸਭ ਕੰਬੀ ਖਾਲਸੇ ਝੰਬੀ ਪਾਰਲੀਮੈਂਟ ਉਦਾਲੇ, ਟੈਂਟ ਫੌਜ ਨੇ ਲਾਏ ਚੁਸਤ ਉਹ ਖੜਦੇ, ਹੱਕ ਧਰਮ ਦੇ ਬਦਲੇ ਜੀ ਸੂਰਮੇ ਜਵਾਨ ਬਲੀ ਬਲਵਾਨ, ਵੈਰੀ ਨੂੰ ਫੜ ਝੰਬਦੇ ਗੋਲੀਆਂ ਨਾਲ, ਬੰਬ ਦੇ ਮਾਰਦੇ ਬੜਕਾਂ ਖਾੜ ਕੂ ਲੜਦੇ। ਇਹ ਕਵਿਤਾ ਸ਼੍ਰੋਮਣੀ ਕਵੀ ਸ਼੍ਰਗਿਆਨੀ ਬਲਦੇਵ ਸਿੰਘ ਜੀ ਬੈਂਕਾਈ ਨੇ ਲਿਖੀ, ਉਹਨਾਂ ਸੂਰਮਿਆਂ ਦੀ ਯਾਦ ਵਿੱਚ ਲਿਖੀ ਜਿਨ੍ਹਾਂ ਨੇ 1984 ਤੋਂ ਲੈ ਕੇ 1992 ਤੱਕ ਕੁਰਬਾਨੀਆਂ ਕੀਤੀਆਂ, ਔਰ ਜਿਹੜੇ ਆਪਣੇ ਘਰ ਘਾਟ ਛੱਡ ਕੇ ਕੌਮ ਦੀ ਵਿਗੜੀ ਸਵਾਰਨੀ ਚਾਹੁੰਦੇ ਸਨ, ਉਹਨਾਂ ਦੀ ਬਾਬਤ ਗਿਆਨੀ ਬਲਦੇਵ ਸਿੰਘ ਜੀ ਬੈਂਕਾ ਜੀ ਨੇ ਬਹੁਤ ਕੁਝ ਲਿਖਿਆ। ਜਦੋਂ ਕਿਤੇ ਵੀ ਕੋਈ ਭੋਗ ਕਿਸੇ ਖਾੜਕੂ ਸਿੰਘ ਦਾ ਪੈਂਦਾ ਸੀ, ਉੱਥੇ ਹਰ ਥਾਂ ਉੱਤੇ ਤੁਸੀਂ ਸੁਣਿਆ ਹੋਏਗਾ ਕਿ ਘੇਰਾ ਪੈ ਜਾਂਦਾ ਸੀ, ਔਰ ਉਸ ਦੌਰ ਦੇ ਵਿੱਚ ਕੁਝ ਜਥੇ ਸਨ ਜਿਹੜੇ, ਜਿਨ੍ਹਾਂ ਵਿੱਚ ਇੱਕ ਨਾਮ ਹੈ ਗਿਆਨੀ ਬਲਦੇਵ ਸਿੰਘ ਬੈਂਕਾ, ਗਿਆਨੀ ਸਰੂਪ ਸਿੰਘ ਸੂਰਵਿੰਡ, ਇਹ ਦੋ ਸ਼ੁਰੂ ਤੋਂ ਚੱਲੇ ਜਵਾਨੀ ਵਾਰੇ ਤੋਂ ਵਡੇਪੇ ਤੱਕ ਇਹਨਾਂ ਦੋਨਾਂ ਦਾ ਸੁਮੇਲ ਰਿਹਾ, ਔਰ ਬਹੁਤੇ ਪ੍ਰੋਗਰਾਮ ਇਹੋ ਕਰਦੇ ਹੁੰਦੇ ਸੀ ਜਿਹੜੇ ਖਾਲਸਿਆਂ ਦੇ ਭੋਗ ਉੱਤੇ ਜਾਣਾ ਜਾਂ ਉਹਨਾਂ ਦੀਆਂ ਵਾਰਾਂ ਲਿਖਣੀਆਂ। ਇੱਥੋਂ ਤੱਕ ਕਿ ਵਾਰਾਂ ਲਿਖਣ ਦੇ ਇਹੋ ਜਿਹੇ ਵਿੱਚ ਵੀ ਗਿਆਨੀ ਬਲਦੇਵ ਸਿੰਘ ਬੈਂਕਾ ਜੀ ਨੂੰ ਪਿੰਡ ਵੀ ਛੱਡਣਾ ਪਿਆ। ਇਹ ਜੰਗ ਖਾਲਸਾ ਜੀ ਸਿੱਖ ਕੌਮ ਦਾ ਜ਼ਿੰਦਗੀ ਮੌਤ ਦਾ ਫੈਸਲਾ ਕਰੇਗੀ। ਇਸੇ ਲਈ ਉੱਥੇ ਸਿੱਖਾਂ ਦਾ, ਮੁਸਲਮਾਨਾਂ ਦਾ, ਨਾਗਿਆਂ ਦਾ, ਮਿਜ਼ੂਆਂ ਦਾ ਅਤੇ ਦਲਤਾਂ ਦਾ ਖੂਨ ਪੀਤਾ ਜਾ ਰਿਹਾ ਹੈ। ਜਿਵੇਂ ਜੈਨ ਧਰਮ ਨੂੰ ਇਹਨਾਂ ਨੇ ਖਾਧਾ ਹੈ, ਇਸੇ ਪ੍ਰਕਾਰ ਬੁੱਧ ਧਰਮ ਨੂੰ ਖਾਧਾ ਹੈ, ਇਹ ਸਿੱਖਾਂ ਨੂੰ ਵੀ ਖਾਣਾ ਚਾਹੁੰਦੇ ਆ, ਇਹ ਦੂਜੀਆਂ ਕੌਮਾਂ ਨੂੰ ਵੀ ਖਾਣਾ ਚਾਹੁੰਦੇ ਆ। ਅਸੀਂ ਦੂਸਰੀਆਂ ਕੌਮਾਂ ਨੂੰ ਵੀ ਅਪੀਲ ਕਰਦੇ ਹਾਂ, ਉੱਠੋ ਇਸ ਬ੍ਰਾਹਮਣਵਾਦ ਦੇ ਜੂਲੇ ਥੱਲੋਂ ਨਿਕਲਣ ਵਾਸਤੇ, ਆਪਣੀ ਸ਼ਕਤੀ ਪੈਦਾ ਕਰੋ ਔਰ ਸਦਾ ਸਦਾ ਵਾਸਤੇ ਬ੍ਰਾਹਮਣ ਵਾਦੇ ਜੂੜੇ ਥੱਲੋਂ ਆਜ਼ਾਦ ਹੋ। ਅਸੀਂ ਤੁਹਾਡੇ ਨਾਲ ਹਾਂ, ਸਾਡਾ ਨਿਸ਼ਾਨਾ ਵੱਖਰਾ, ਸਾਡਾ ਕੌਮ ਦਾ ਤਰਾਨਾ ਵੱਖਰਾ, ਦੇਸ਼ ਸਵਾਬਰ ਮੋਹ ਇਹ ਹੈ, ਸ਼ੁਭ ਕਰਮਨ ਤੇ ਕਬੂ ਨਾ ਕਰੋ, ਨਾ ਡਰੋ ਅਰਸੋਂ ਜਬ ਜਾਇ ਲਰੋ, ਨਿਸ਼ਚੇ ਕਰੇ ਆਪਣੀ ਜੀਤ ਕਰੋ, ਔਰ ਸਿੱਖ ਹੋ ਆਪਣੇ ਹੀ ਮਨ ਕਹੋ, ਇਹ ਲਾਲਚ ਹੋ ਗੁਣ ਤਾਂ ਉਤਰੋ, ਜਬ ਆਪਕੀਓ ਦੇ ਨਿਦਾਨ ਬਣੇ ਅਤੀਰਣ ਮੈਂ ਤਬ ਜੂਝ ਮਰੋ।
ਬਾਬਾ ਮਾਨੋਚਾਲ ਦੇ ਸਾਥੀ ਭਾਈ ਮਹਿੰਦਰ ਸਿੰਘ ਬਾਰੇ ਜ਼ਿਕਰ ਹੈ ਕਿ ਗੁਰਦੁਆਰਾ ਬਾਬਾ ਅਟਲ ਰਾਏ ਦੇ ਬਾਹਰੋਂ ਪੁਲਿਸ ਨੇ ਉਹਨਾਂ ਨੂੰ ਚੁੱਕ ਲਿਆ ਅਤੇ ਫਿਰ ਉਹ ਕਦੀ ਨਹੀਂ ਮਿਲੇ। ਉਹਨਾਂ ਦੇ ਧਰਮ ਪਤਨੀ ਮਾਤਾ ਸੁਰਜੀਤ ਕੌਰ ਮਾਤਾ ਹਰਜੀਤ ਕੌਰ ਨਾਲ ਸੰਘਰਸ਼ ਭਰੇ ਦਿਨਾਂ ਦੀ ਬਾਤ ਪਾਉਂਦੇ ਹਨ। ਦੱਸਿਆ ਵੀ ਖੰਡ ਪਾਠ ਕਰਦੇ ਹੁੰਦੇ ਸੀ, ਵੀ ਗੁਰਬਚਨ ਸਿੰਘ ਦੇ ਨਾਲ ਕਥਾ ਕਰਦੇ ਸੀ। ਮੁੜ ਕੇ ਜਦੋਂ ਆਹ ਮਾਹੌਲ ਬਣਿਆ ਇਹਨਾਂ ਦਾ ਵੀ ਨਾਮ ਵਿੱਚ ਵੀ ਦੋਵਾਂ ਦਾ ਹੀ, ਤਾਂ ਫਿਰ ਇਕੱਠੇ ਹੀ ਰਹੇ, ਇਕੱਠੇ ਆਈ ਇਹਨਾਂ ਕਵਿਤਾ ਪੜ੍ਹਨੀਆਂ। ਕਿਤੇ ਖੰਡ ਪਾਠ ਜਾਣਾ ਇਹਨਾਂ ਦੀ ਮਸ਼ਹੂਰੀ ਹੋਣੀ ਦੋਵਾਂ ਦੀ, ਗੁਰਬਚਨ ਸਿੰਘ ਦੀ ਅਤੇ ਇਹਨਾਂ ਦੀ, ਉਹਨਾਂ ਦੇ ਨਾਨਕੇ ਸੀ ਇੱਥੇ ਨਸ਼ਹਿਰੇ ਗੁਰਬਚਨ ਸਿੰਘ ਉਹਨਾਂ ਦੇ। ਆਹੋ ਸਾਰਿਆਂ ਨੇ ਹੀ ਆ, ਵੀ ਇਹਨਾਂ ਵੀ ਨਾਲ ਵੀ ਜ਼ਿਆਦਾ ਹੀ ਆ, ਉਹ ਵੱਡੀ ਬਥੇਰਾ ਕਰਦੀ, ਸਾਰੀਆਂ ਹੀ ਕਰਦੀਆਂ ਬਥੇਰਾ। ਮਾਤਾ ਸੁਰਜੀਤ ਕੌਰ ਦਾ ਘਰ ਵੀ ਨੌਸ਼ਹਿਰਾ ਪੰਨੂਆਂ ਬਾਬਾ ਮਾਨੋਚਾਲ ਦੇ ਘਰ ਦੇ ਨਾਲ ਹੀ ਹੈ। ਕਹਿੰਦੇ ਹਨ ਕਿ ਇਹ ਘਰ ਬਣਾਉਣ ਵੇਲੇ ਬਾਬਾ ਮਾਨੋਚਾਲ ਨੇ ਆਪਣਾ ਪੰਜਵਾਂ ਭਰਾ ਕਹਿੰਦਿਆਂ ਮਦਦ ਕੀਤੀ ਸੀ। ਬਾਬਾ ਮਾਨੋਚਾਲ ਦੇ ਬੇਹੱਦ ਅਜ਼ੀਜ਼ ਭਾਈ ਮਹਿੰਦਰ ਸਿੰਘ ਉਸ ਦੌਰ 'ਚ ਸਦਾ ਲਈ ਲਾਪਤਾ ਹੋ ਗਏ। ਮਾਤਾ ਸੁਰਜੀਤ ਕੌਰ ਦਾ ਇੱਕ ਪੁੱਤਰ ਇਸ ਸਾਲ ਰੱਬ ਨੂੰ ਪਿਆਰਾ ਹੋ ਗਿਆ ਹੈ, ਮਗਰ ਉਹਨਾਂ ਦੀ ਪਤਨੀ ਅਤੇ ਦੋ ਬੱਚੇ ਹਨ। ਮਾਤਾ ਸੁਰਜੀਤ ਕੌਰ ਅੰਮ੍ਰਿਤਸਰ ਸ਼ਹਿਰ ਤੋਂ ਮੁੜ ਆਪਣੇ ਪਿੰਡ ਆਪਣੇ ਘਰ ਪਰਤਣਾ ਚਾਹੁੰਦੇ ਹਨ। ਉਸ ਘਰ ਨਾਲ ਉਹਨਾਂ ਦੀਆਂ ਯਾਦਾਂ ਹਨ। ਬਾਬਾ ਮਾਨੋਚਾਲ ਦੇ ਘਰ ਦੇ ਨਾਲ ਇਸ ਘਰ ਦਾ ਕਬਜ਼ਾ ਵੀ ਛੁੱਟਿਆ ਹੈ। ਮਾਤਾ ਸੁਰਜੀਤ ਕੌਰ ਇਸ ਘਰ ਦੇ ਕਾਗਜ਼ ਵਿਖਾਉਂਦੇ ਹਨ। ਆਪਣੇ ਛੁੱਟ ਗਏ ਘਰ ਦੀ ਤਲਾਸ਼ ਸਭ ਨੂੰ ਹੁੰਦੀ ਹੈ। ਪਿੰਡ ਨੂੰ ਪਰਤਣਾ ਮੁਸ਼ਕਲ ਹੈ, ਪਰ ਮਾਤਾ ਸੁਰਜੀਤ ਕੌਰ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਹਨ। ਮੇਰੇ ਦੋਸਤ ਉਡੀਕਦੇ ਹੋਣਗੇ ਮੇਰੇ ਵੱਲੋਂ ਨਵੇਂ ਸਾਲ ਦਾ ਗ੍ਰੀਟਿੰਗ ਕਾਰਡ। ਐ ਪਰ ਦੋਸਤੋ, ਕਿਵੇਂ ਆਖਾਂ ਤੁਹਾਨੂੰ ਕਿ ਨਵਾਂ ਵਰ੍ਹਾ ਮੁਬਾਰਕ ਹੋਵੇ। ਅਜੇ ਤਾਂ ਮੈਂ ਸੰਭਾਲਦਾ ਫਿਰਦਾ ਆਪਣੀ ਵਿਰਾਸਤ, ਜਿਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ, ਅਤੇ ਲੱਭਦਾ ਫਿਰ ਰਿਹਾ ਬਾਪੂ ਦੀ ਪੱਗ ਕਿਤੇ ਰੁਲਦੀ ਪਈ ਹੈ ਠਾਣੇ ਦੀ ਕੋਠ 'ਚੋਂ। ਅਜੇ ਮੇਰੀ ਮਾਂ ਦੇ ਹੰਝੂ ਨਹੀਂ ਸੁੱਕੇ ਅਤੇ ਭੈਣਾਂ ਦੇ ਹੌਕੇ, ਜਿਨ੍ਹਾਂ ਦਾ ਲੱਖ ਅਤੇ ਜ਼ਿਗਰ ਅਤੇ ਸੋਹਲ ਫੁੱਲ ਮਧੌਲਿਆ ਗਿਆ ਹੈ ਅਖੌਤੀ ਮੁਕਾਬਲੇ 'ਚ। ਕਿਸੇ ਬੀਆਬਾਨ ਰੋਹੀ ਦੇ ਪੁੱਲ 'ਤੇ ਅਜੇ ਤਾਂ ਗੋਮੇ ਲਾਡੋ ਭੈਣ ਦੀ ਚੁੰਨੀ, ਗੁਆਚੀ ਜਿਹੜੀ ਦਿੱਲੀ ਦੰਗਿਆਂ ਦੌਰਾਨ ਸੀ, ਅਜੇ ਤਾਂ ਮੈਨੂੰ ਗਮ ਖਾ ਰਿਹਾ ਨਾਜ਼ੁਕ ਤਿਤਲੀਆਂ ਦਾ, ਜਿਨ੍ਹਾਂ ਦੇ ਖੰਭਾਂ ਦਾ ਰੰਗ ਹੋ ਗਿਆ ਸਫੈਦ। ਅਜੇ ਤਾਂ ਮੈਨੂੰ ਚਿੰਤਾ ਹੈ ਕਿ ਸਮੇਂ ਦੀ ਗਰਦਿਸ਼ 'ਚ ਮੇਰੀ ਪਛਾਣ ਹੀ ਨਾ ਗੁੰਮ ਜਾਵੇ ਕਿਤੇ। ਅਜੇ ਤਾਂ ਮੇਰੀ ਕਲਮ ਕੇਰ ਦੀ ਰੱਤ ਦੇ ਹੰਝੂ ਅਤੇ ਗੌਂਦੀ ਖੂਨ ਦੇ ਸੋਹਲੇ ਅਜਿਹੇ ਭਿਆਨਕ ਮਾਹੌਲ ਵਿੱਚ ਕਿਵੇਂ ਆਖਾਂ ਕਿ ਨਵਾਂ ਵਰ੍ਹਾ ਮੁਬਾਰਕ ਹੋਵੇ। ਉਡੀਕ ਰੱਖਿਓ, ਭੇਜਾਂਗਾ ਗ੍ਰੀਟਿੰਗ ਕਾਰਡ ਜਦੋਂ ਸਾਡੇ ਬਾਗੀ ਬਹਾਰ ਆਵੇਗੀ। ਮੇਰੇ ਦੋਸਤ ਉਡੀਕਦੇ ਹੋਣਗੇ ਮੇਰੇ ਵੱਲੋਂ ਨਵੇਂ ਸਾਲ ਦਾ ਗ੍ਰੀਟਿੰਗ ਕਾਰਡ। ਐ ਪਰ ਦੋਸਤੋ, ਕਿਵੇਂ ਆਖਾਂ ਤੁਹਾਨੂੰ ਕਿ ਨਵਾਂ ਵਰ੍ਹਾ ਮੁਬਾਰਕ ਹੋਵੇ।